ਤੀਜਾ ਦਾ ਸ਼ਾਇਦ ਥੋੜਾ ਸ਼ਿਰਮਣੇ ਕਾਲੇਦਲ ਬਾਦਲ ਨੂੰ ਟਾਰਗੇਟ ਕਰਨਾ ਚਾਹੀਦਾ ਲੇਕਿਨ ਟਕਸਾਲੀ ਨਾਲ ਦੇ ਨਾਲ ਟੈਗ ਗਏ ਪਿੱਛੇ ਕਿਤੇ ਨਾ ਕਿਤੇ ਕੋਈ ਭੁਲਾਰਾ ਮਿਲ ਰਹਾ ਹੈ ਕੋਈ ਆਰਐਸਐਸ ਜਾਂ ਬੀਜੇਪੀ ਸ਼ਾਇਦ ਆਪਣਾ ਕਾਰਡ ਖੇਲਨਾ ਚਾਹੀਏ ਪੰਜਾਬ ਦੀ ਸਿਆਸਤ ਵਿੱਚ ਵਿੱਚ ਕੋਈ ਗੱਲ ਨਹੀਂ ਨਾ ਬੀਜੇਪੀ ਦਾ ਕੋਈ ਰੋਲ ਹੈ ਨਾ ਕੋਈ ਹੋਰ ਹੈ ਇੱਕ ਪਛਤਾਪ ਕਾਲੀ ਦਲ ਦੇ ਵਿੱਚ ਅੰਦਰ ਹੈ ਭਾਵੇਂ ਬਾਹਰ ਨਹੀਂ ਮੰਨ ਰਹੇ ਤੇ ਇਹੀ ਸਭ ਤੋਂ ਵੱਡਾ ਸਮੂਹ ਸੀ ਉਹਨਾਂ ਨੇ ਜਾ ਕੇ ਖੁਦ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਸਾਰੀ ਭੁੱਲਾਂ ਬਖਸ਼ਵਾਈਆਂ ਤੇ ਉਹ ਕੀ ਸਫੀਸ਼ੀਅੰਟ ਨਹੀਂ ਸੀ ਲੀਡਰਾਂ ਨੂੰ ਸਮਝਾ ਲੈ ਲਈ ਕਿ ਅਸੀਂ ਅਸੀਂ ਪੰਥਕ ਪਰੰਪਰਾਵਾਂ ਦੀ ਗੱਲ ਕਰਦੇ ਆਂ ਤੇ ਸਾਡੇ ਤੇ ਹੀ ਐਡਾ ਵੱਡਾ ਦੋਸ਼ ਸਾਡੇ ਗੁਰੂ ਸਿਵਾਨ ਦੀ ਬੇਅਦਬੀ ਦਾ ਲੱਗ ਜੇ ਤਾਂ ਉਹ ਤੇ ਫਿਰ ਜੇ ਅਸੀਂ ਸੱਚੇ ਤਾਂ ਸਾਨੂੰ ਘੱਟੋ-ਘੱਟ ਜਿਹੜਾ ਹੈ ਦੋਸ਼ੀ ਲੱਭਣੇ ਚਾਹੀਦੇ ਸੀ ਆਪਦੇ ਆਪ ਨੂੰ ਅਸੀਂ ਤਾਂ ਹੀ ਸੱਚਾ ਸਾਬਤ ਕਰ ਸਕਦੇ ਹਾਂ ਕਿ ਅਸੀਂ ਦੋਸ਼ੀ ਫੜਾਂਗੇ اپنی پارٹی ਵੱਜੋਂ ਕੋਈ ਸੈਕੂਲਰ ਦਿਖ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਕੱਲ ਇਹ ਵੀ ਟਕਸਾਲੀ ਪਾਰਟੀ ਦੀ ਸੰਭ ਦੇ ਮੰਨਣਾ ਸੀ ਵੀ ਕਿਉਂਕਿ ਪਿਛਲੇ ਇਲੈਕਸ਼ਨਾਂ ਟਕਸਾਲੀ ਦਲ ਨੇ ਲੜੜੀਆਂ ਉਹਦਾ ਵਧੀਆ ਪਰਫਾਰਮੈਂਸ ਨਹੀਂ ਦੇ ਸਕੇ ਇਸ ਲਈ ਉਹ ਉਹ ਜਿਹੜੀ ਹੈ ਇੱਕ ਸਾਖ ਪਾਰਟੀ ਦੀ ਜਿਹੜਾ ਫਰਸਟ ਇਮਪ੍ਰੈਸ਼ਨ ਹੁੰਦਾ ਜੋ ਖਰਾਬ ਹੋ ਜੇ ਤਾਂ ਫਿਰ ਉਹਨਾਂ ਲੰਬੇ ਸਮੇਂ ਲਈ ਉਸ ਚੀਜ਼ ਨੂੰ ਤੁਸੀਂ ਜਿਹੜਾ ਹੈ ਕਈ ਵਾਰ ਨਵੇਂ ਸੋਚੇ ਤੋਂ ਬੈਠ ਸ਼ੁਰੂ ਕਰਨਾ ਬੈਟਰ ਹੋਵੇਗਾ ਇੱਥੇ ਰਹਿ ਗਈ ਕਾਲੀ ਟੋਲ ਆਈਡੀਓਲੋਜੀ ਪਾਰਟੀ ਦਾ ਟੀਚਾ ਕਿ ਉਹ ਇੱਕ ਪੰਥਕ ਪਾਰਟੀ ਹੋਏਗੀ ਜਿਹਦਾ ਟੀਚਾ ਸਿਰਫ ਕਾਲੀਦਨ ਬਾਦਲ ਨੂੰ ਠੋਕਣਾ ਹੈ। ਟੀਨਸਾ ਸਾਹਿਬ ਵੀ ਜਿਹੜੇ ਚੋਣੇ ਵੀ ਆਰਜੀ ਹੈ। ਮੀਨੂ ਵੀ ਲੋਕ ਚਾਹਣਗੇ ਉਹ ਪਛਾਣ ਲੈ। ਸਸਿਕਾ ਜੀ ਵੋਲਡ ਪੰਜਾਬੀ ਟੀਵੀ ਦੇ ਦਰਸ਼ਕਾ ਦਾ ਸਵਾਗਤ ਹੈ। ਮੈਂ ਰਿਤੇਸ਼ ਲੱਖੀ ਤੇ ਅੱਜ ਦੀ ਸਾਡੀ ਖਾਸ ਗੱਲਬਾਤ ਹੋਣ ਜਾ ਰਹੀ ਹੈ ਸਰਦਾਰ ਪਰਮੇਂਦਰ ਸਿੰਘ ਟੀਨਸਾ ਸਾਹਿਬ ਦੇ ਨਾਲ ਜੋ ਕਿ ਵਿਦਾਇਕ ਵੀ ਰਹੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਰਹ ਚੁੱਕੇ ਨੇ ਤੇ ਇਸ ਵਕਤ ਜਦੋਂ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਲੱਭਣ ਦੀਆਂ ਕੋਸ਼ਿਸ਼ਾਂ ਨੇ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਸ ਦੀ ਅਗਵਾਈ ਕਰ ਰਹੇ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਢੀਂਡਸਾ ਸਾਹਿਬ ਜੀ ਅ ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਇਹ ਜਿਹੜੀ ਤੁਹਾਡੀ ਪਾਰਟੀ ਦੀ ਸ਼ੁਰੂਆਤ ਹੋਈ ਹੈ ਸਦਾ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਉਂਦੇ ਨੇ ਲੁਧਿਆਣਾ ਦੇ ਵਿੱਚ ਇੱਕ ਪਾਰਟੀ ਦੀ ਸ਼ੁਰੂਆਤ ਇੱਕ ਐਸੀ ਪਾਰਟੀ ਦੇ ਵਿੱਚ ਸੇਂਧ ਮਾਰੀ ਲਾ ਕੇ ਆਪਾਂ ਸਮਝੋ ਹੋ ਗਈ ਮਤਲਬ ਸ਼ਾਇਦ ਤੁਸੀਂ ਜਾਂ 300 ਸਾਬ ਨਹੀਂ ਜਾਂਦੇ ਸਨ ਲੇਕਿਨ ਇੱਕ ਮਿਸ ਅੰਡਰਸਟੈਂਡਿੰਗ ਰਹਿ ਜਾਂਦੀ ਹੈ ਤੇ ਅਸੀਂ ਦੇਖ ਰਿਹਾ ਵੀ ਜਿਹੜਾ ਸ਼ਿਰਮਣੇ ਕਾਲੀ ਦਲ ਟਕਸਾਲੀ ਹੈ ਦੇਖੋ ਪਰਪਸ ਤਾਂ ਤਿੱਚਾ ਤਾਂ ਸ਼ਾਇਦ ਥੋੜਾ ਸ਼ਿਰਮਣੇ ਕਾਲੀ ਦਲ ਬਾਦਲ ਨੂੰ ਟਾਰਗੇਟ ਕਰਨਾ ਸੀ ਲੇਕਿਨ ਟਕਸਾਲੀ ਨਾਲ ਦੇ ਨਾਲ ਟਹਿ ਗਏ ਕੀ ਕਹੋਗੇ ਦੇਖੋ ਗੱਲ ਇਹ ਹੈ ਵੀ ਇਹਦੇ ਵਿੱਚ ਵੀ ਕੁਝ ਮਿਸ ਅੰਡਰਸਟੈਂਡਿੰਗਸ ਹੋਈਆਂ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਸਾਰੀਆਂ ਜਿਹੜੇ ਐਸੀ ਮਿਸਰਨਿੰਗ ਸਟੈਂਡਿੰਗ ਨੇ ਉਹਨਾਂ ਨੂੰ ਦੂਰ ਕਰੀਏ ਕਿਉਂਕਿ ਇਹ ਜਿਹੜੀ ਜੜੀ ਸਾਰੀ ਗੱਲ ਹੈ ਇਹ ਢੀਂਤਾ ਸਾਹਿਬ ਦੀ ਦੋ ਤਿੰਨ ਵਾਰ ਸਤਨਜੀਤ ਸਿੰਘ ਪਰੰਪਰਾ ਨਾਲ ਮੀਟਿੰਗ ਹੋਈ ਉਹਨਾਂ ਨੂੰ ਸਾਰਾ ਦੱਸਿਆ ਵੀ ਅਸੀਂ ਪੰਥ ਕਟ ਸੱਜਣਾ ਤੇ ਉੱਥੇ ਸਾਡਾ ਨਿਸ਼ਾਨਾ ਵੀ ਪਾਰਟੀ ਦੀ ਜਿਹੜੀ ਇੱਕ ਨਵੀਂ ਸਥਾਪਿਤ ਕਰਨਾ ਹੈ ਤੇ ਉਹਨਾਂ ਨੂੰ ਵੀ ਉਹਨਾਂ ਨੇ ਇਹੀ ਬੇਨਤੀ ਕੀਤੀ ਸੀ ਵੀ ਆਪਾਂ ਸਾਰੀਆਂ ਪਾਰਟੀਆਂ ਭੰਗ ਕਰਕੇ ਇੱਕ ਇਕੱਠੇ ਹੋ ਕੇ ਝੰਡੇ ਥਲੇ ਚਲੀਏ ਤੇ ਉਹਦੇ ਜਿਹੜੇ ਨੇ ਕੋਈ ਵੀ ਉਹ ਬੈਠ ਕੇ ਆਪਾਂ ਸਾਰੇ رائے ਕਰਕੇ ਚਲੋ ਪਰਤੀ ਕਰਕੇ ਜਿਵੇਂ ਵਰਕਰ ਚਾਹਣਗੇ ਜਿਵੇਂ ਲੋਕ ਚਾਹਣਗੇ ਪੰਜਾਬ ਦੇ ਉਸ ਮੁਤਾਬਕ ਆਪਾਂ ਕਰ ਲਾਂਗੇ ਤੇ ਇਕੱਠ ਦੇ ਵਿੱਚ ਤਾਂ ਹੋਰ ਲੋਕ ਵੀ ਆਏ ਸੀ ਕਿਉਂਕਿ ਖੁੱਲਾ ਸੱਦਾ ਦਿੱਤਾ ਸੀ ਉੱਥੇ ਟਕਸਾਲੀ ਦਲ ਦੇ ਵੀ ਕੁਝ ਆਗੂ ਆਏ ਤੇ ਜਾਗੋ ਪਾਰਟੀ ਦੇ ਪ੍ਰਧਾਨ ਵੀ ਆਏ ਰਾਮੂ ਵਾਲੀਆ ਸਾਹਿਬ ਵੀ ਆਏ ਜਿਹੜੇ ਭਾਵੇਂ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਬਾਰੇ ਉਹਨੂੰ ਛੇ ਦੇ ਗਲਤਫਹਮੀ ਮਹਿਸੂਸ ਹੋਈ ਵੀ ਸ਼ਾਇਦ ਸਾਡੇ ਬੰਦੇ ਉੱਥੇ ਗਏ ਨਹੀਂ ਤਾਂ ਉਹਦੇ ਬਾਰੇ ਉਹਨਾਂ ਨੂੰ ਇਹ ਹੋਇਆ ਸੋ ਇਸ ਲਈ ਹੋ ਸਕਦਾ ਟਕਸਾਲੀ ਅਕਾਲੀ ਦਲ ਦੀ ਆਪਸੀ رائے ਲੀਡਰਾਂ ਦੀ ਆਪਸੀ رائے ਉਸ ਬਾਰੇ ਕੀ ਕਮਿਊਨੀਕੇਸ਼ਨ ਸੀ ਵੀ ਕਿਨੇ ਜਾਣਾ ਕਿਨੇ ਨਹੀਂ ਜਾਣਾ ਦੇਖੋ ਉਹਨਾਂ ਦਾ ਆਪਸ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋ ਉਹ ਤਾਂ ਅਸੀਂ ਨਹੀਂ ਦੱਸ ਸਕਦੇ ਇਸ ਮੀਟਿੰਗ ਬਾਰੇ ਬਰੰਪਰਾ ਸਾਹਿਬ ਨੂੰ ਪਤਾ ਸੀ ਇਸ ਮੀਟਿੰਗ ਦਾ ਮਨੋਰਥ ਬਾਰੇ ਉਹਨਾਂ ਨੂੰ ਪਤਾ ਸੀ ਅਤੇ ਉਹਨਾਂ ਨਾਲ ਇਸ ਚੀਜ਼ ਬਾਰੇ ਪਹਿਲਾਂ ਤਕਰੀਬਨ 2-3 ਮਹੀਨਿਆਂ ਤੋਂ ਲਗਾਤਾਰ ਵਿਚਾਰ ਚਰਚਾ ਚੱਲ ਰਹੀ ਸੀ ਤੋ ਇਸ ਲਈ ਇਹ ਕਹਿਣਾ ਵੀ ਜੀ ਇਹਦਾ ਤਾਂ ਇੱਕੋਦਮ ਇਹ ਕਰਿਆ ਗਿਆ ਸਾਨੂੰ ਦੱਸਿਆ ਨਹੀਂ ਗਿਆ ਇਹ ਠੀਕ ਨਹੀਂ ਹੈ ਹੁਣ ਤੁਹਾਡਾ ਟਿੱਚਾ ਕੀ ਹੈ ਕੀ ਸਥਾਪਤ ਕੀ ਕਰਨਾ ਚਾਹ ਰਹੇ ਹੋ ਤੇ ਉਹਦੇ ਵਿੱਚ ਜਦੋਂ ਐਸੀ ਗੱਲਬਾਤ ਹੁੰਦੀ ਹੈ ਵੀ ਟਕਸਾਲੀ ਵਰਗੀਆਂ ਪਾਰਟੀਆਂ ਦੇ ਵਿੱਚ ਆਪਸ ਟੁੱਟ-ਭੰਡ ਹੋ ਜਾਂਦੀ ਹੈ ਤਾਂ ਮੈਸੇਜ ਤਾਂ ਪਹਿਲੇ ਦਿਨ ਤੋਂ ਹੀ ਗਲਤ ਚਲਾ ਜਾਂਦਾ ਹੈ ਨਹੀਂ ਜੋ ਮਕਸਦ ਆ ਤੁਹਾਡਾ ਕੁਝ ਹੋਰ ਹੋਣਾ ਨਾ ਕੋਈ ਮੈਸੇਜ ਗਲਤ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੌਟ ਆਊਟ ਹੋ ਜਾਣਗੀਆਂ ਗੱਲ ਹੈ ਵੀ ਅਸੀਂ ਸਾਡਾ ਮਿਸ਼ਨ ਇਹੀ ਹੈ ਵੀ ਜੋ ਅਕਾਲੀ ਦਲ ਦੀ ਕੋਰ ਆਈਡੀਓਲੋਜੀ ਸੀ ਇੱਕ ਵਿਚਾਰਧਾਰਾ ਸੀ ਸਿਧਾਂਤ ਸੀ ਉਹਨਾਂ ਤੇ ਦੁਬਾਰੇ ਪਾਰਟੀ ਨੂੰ ਤੋਰਿਆ ਜਾਵੇ ਇਹ ਜਿਵੇਂ ਤੁਸੀਂ ਕਹੇ ਵੀ ਅਕਾਲੀ ਦਲ ਡੈਮੋਕ੍ਰੈਟਿਕ ਬਣਾਈ ਹੈ ਇਹ ਸਿਰਫ ਇੱਕ ਨੋਮਨਕਲੇਚਰ ਦੀ ਗੱਲ ਹੈ ਅਸੀਂ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਬਣਾਈ ਹੈ ਅਸੀਂ ਕੋਈ ਡੈਮੋਕ੍ਰੈਟਿਕ ਨਹੀਂ ਬਣਾਈ ਕੁਝ ਨਹੀਂ ਬਣਾਈ ਕਾਨੂੰ ਕੋਈ ਲੀਗਲ ਇਸ਼ੂਸ ਲਈ ਕੋਈ ਨਾਮ ਰਜਿਸਟਰ ਕਰਨ ਲਈ ਕੋਈ ਕਰਨਾ ਪਿਆ ਜੀ ਉਹ ਸੈਪਰੇਟ ਚੀਜ਼ ਹੈ ਸਾਡਾ ਨਿਸ਼ਾਨਾ ਹੀ ਹੈ ਵੀ ਜਿਹੜਾ ਅਕਾਲੀ ਦਲ 1920 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਥਾਪਿਤ ਕੀਤਾ ਸੀ ਉਹਨੂੰ ਦੁਬਾਰੇ ਲੀਹਾਂ ਤੇ ਲਿਆਉਣਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਾਰਟੀ ਦੇ ਵਿੱਚ ਜੋ ਜਿਸ ਤਰੀਕੇ ਦੇ ਨਾਲ ਫੈਸਲੇ ਹੋਏ ਜਾਂ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਜੋ ਕਮੀਆਂ ਰਹੀਆਂ ਉਹਨਾਂ ਬਾਰੇ ਢੀਂਟਾ ਸਾਹਿਬ ਸਮੇਂ-ਸਮੇਂ ਤੇ ਪਾਰਟੀ ਦੇ ਵਿੱਚ ਗੱਲ ਕਰਦੇ ਰਹੇ ਉਹ ਮੁੱਦੇ ਉਠਾਉਂਦੇ ਰਹੇ ਤੇ ਹੌਲੀ-ਹੌਲੀ ਕਰਕੇ ਫਰਕ ਇੰਨੇ ਵੱਧ ਗਏ ਕਿ ਜਿਹੜਾ ਹੈ ਉਹਨਾਂ ਦੇ ਨਾਲ ਚੱਲਣਾ ਸੰਭਵ ਨਹੀਂ ਰਿਹਾ ਇਸ ਲਈ ਇਹ ਜਿਹੜਾ ਫੈਸਲਾ ਲੈਣਾ ਪਿਆ ਤੇ ਅੱਜ ਸਾਡਾ ਵੀ ਇਹੀ ਨਿਸ਼ਾਨਾ ਹੈ ਵੀ ਜਿਹੜੇ ਲੋਕ ਪੰਥ ਪ੍ਰਸਤ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਨ ਵਾਲੇ ਨੇ ਜਿਨ੍ਹਾਂ ਦਾ ਆਪ ਦਾ ਕੋਈ ਜਿਹੜੀ ਹੈ ਨਿਸ਼ਕਾਮ ਸਾਵਨਨ ਭਾਵਨਾ ਨਾਲ ਜਿਹੜੇ ਲੋਕ ਅਕਾਲੀ ਦਲ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਨਾ ਹੈ ਤੇ ਉਹੀ ਅਕਾਲੀ ਦਲ ਦੀ ਸੋਚ ਨੂੰ ਅੱਗੇ ਤੋਰਨਾ ਹੈ ਜਿਹੜੀ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੀ ਹਮੇਸ਼ਾ ਜਿਹਦੀ ਕਾਮਨਾ ਕਰਦੀ ਸੀ ਜਿਹਦੇ ਵਾਸਤੇ ਉਸ ਪਾਰਟੀ ਨੇ ਲੜਾਈਆਂ ਲੜੀਆਂ ਕੁਰਬਾਨੀਆਂ ਕੀਤੀਆਂ ਇਹੀ ਸਾਡਾ ਜਿਹੜਾ ਮਿਸ਼ਨ ਹੈ ਲੇਕਿਨ ਜੀ ਸਾਹਿਬ ਲੋਕਾਂ ਦਾ ਸਵਾਲ ਚੁੱਕਦੇ ਨੇ ਵੀ ਚਾਹੇ ਸੁਖਦੇਵ ਸਿੰਘ ਠੀਂਡਾ ਹੋਵੇ ਚਾਹੇ ਤੁਸੀਂ ਹੋ ਮਤਲਬ ਕਈ ਸਾਲਾਂ ਤੱਕ ਤੁਸੀਂ ਸ਼ਰੂਮਣੇ ਕਾਲੀ ਦਲ ਦੀ ਨਾਲ ਇੱਕ ਵਫਾਦਾਰੀ ਵੀ ਨਿਭਾਈ ਇੱਕ ਘੁਟਣ ਜਿਹੜੀ ਹੈਗੀ ਹੈ ਇਹ ਯਕਾਇਕ ਪੈਦਾ ਹੁੰਦੀ ਹੈ ਜਾਂ ਕਿਵੇਂ ਪੈਦਾ ਹੋਈ ਕਦੋਂ ਪੈਦਾ ਹੋਈ ਕਿਉਂਕਿ ਟਿਲ 2000 ਯੂ ਨੋ ਅਪਾ ਦੇਖਦੇ 15 16 17 ਤੱਕ ਤਾਂ ਤੁਸੀਂ ਖੁਦ ਵਜ਼ੀਰ ਸੀ ਠੀਕ ਹੈ ਨਾ ਅਚਾਨਕ ਕੀ ਹੁੰਦਾ ਵੀ 2.25 ਸਾਲਾਂ ਦੇ ਜਿਹੇ ਅਕਾਲੀ ਦਲ ਦਾ ਗ੍ਰਾਫ ਗਿਰਦਾ ਹੈ ਚਾਹੇ ਉਹ ਬੇਦਬੀਆਂ ਦੇ ਮਾਮਲਿਆਂ ਤੋਂ ਬਾਅਦ ਜਿਵੇਂ ਉਹਨਾਂ ਦੀ ਸੀਟਾਂ 15 ਰਹਿ ਗਈਆਂ ਤੁਸੀਂ ਵੀ ਉਹਨਾਂ ਦੇ ਵਿੱਚ ਚੋਣ ਲੜ ਕੇ ਆਂਦੇ ਹੋ 2017 ਦੇ ਵਿੱਚ ਕੀ ਕਾਰਨ ਹੁੰਦਾ ਇਹ ਸ਼ਿਫਟ ਓਵਰਨਾਈਟ ਹੈ ਤੇ ਕੁਝ ਜਿਹੜੇ ਕ੍ਰਿਟਿਕ ਹੈ ਉਹ ਇਹ ਵੀ ਮੰਨਦੇ ਨੇ ਵੀ ਪਿੱਛੇ ਕਿਤੇ ਨਾ ਕਿਤੇ ਕੋਈ ਹੁਲਾਰਾ ਮਿਲ ਰਿਹਾ ਹੈ ਕੋਈ ਆਰਐਸਐਸ ਜਾਂ ਬੀਜੇਪੀ ਸ਼ਾਇਦ ਆਪਣਾ ਕਾਰਡ ਖੇਲਣਾ ਚਾਹ ਰਹੀ ਹੈ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਨੂੰ ਪੰਥਕ ਜਾਂ ਸਿੱਖ ਦਿਖਣ ਵਾਲੇ ਆ ਜਿਹੜੇ ਚੰਗੇ ਕਿਰਦਾਰ ਦੇ ਲੋਕ ਲੀਡਰ ਚਾਹੀਦੇ ਨੇ ਤੇ ਸ਼ਾਇਦ ਉਹ ਪਿੱਛ ਦੇ ਇਹ ਦੇ ਵਿੱਚ ਕੋਈ ਗੱਲ ਨਹੀਂ ਨਾ ਬੀਜੇਪੀ ਦਾ ਕੋਈ ਰੋਲ ਹੈ ਨਾ ਕੋਈ ਹੋਰ ਹੈ ਇਹ ਨਾ ਹੀ ਰਾਤੋਂ ਰਾਤ ਬੰਦਾ ਕੋਈ ਫੈਸਲੇ ਲੈਂਦਾ ਐ ਇਸੇ ਕਿਉਂਕਿ ਪਾਰਟੀ ਨੂੰ ਜਿਹੜਾ ਹੈ ਪਾਰਟੀ ਚ ਜਦ ਬੰਦਾ ਇਹ ਗੱਲਾਂ ਰੱਖਦਾ ਹੈ ਪਹਿਲਾਂ ਤਾਂ ਪਾਰਟੀ ਦੇ ਵਿੱਚ ਕੋਸ਼ਿਸ਼ ਕਰਦਾ ਹੈ ਵੀ ਮਸਲੇ ਹੱਲ ਹੋਣ ਜੀ ਜਦ ਉਹ ਮਸਲੇ ਨਹੀਂ ਹੱਲ ਹੁੰਦੇ ਤਾਂ ਫਿਰ ਬੰਦੇ ਕੋਲ ਨਿਰਾਸ਼ ਹੋ ਕੇ ਬਹਿ ਜਾਂਦਾ ਘਰੇ ਢੀਂਟਾ ਸਾਹਿਬ ਦਾ ਵੀ ਇਹੀ ਦੇਖੋ ਉਹਨਾਂ ਨੇ ਕੋਈ ਉਹਨਾਂ ਦੀ ਮਨਸ਼ਾ ਸ਼੍ਰੋਮਣੀ ਕਾਲੀ ਦਲ ਨੂੰ ਛੱਡਣ ਦੀ ਆ ਹੋਰ ਨਹੀਂ ਸੀਗੀ ਉਹਨਾਂ ਨੇ ਸਿਰਫ ਇਹੀ ਸੀਗਾ ਜਦੋਂ ਨਿਰਾਸ਼ ਹੋ ਗਏ ਉਹਨਾਂ ਨੇ ਸਿਆਸਤ ਜਿਹੜਾ ਅਸਤੀਫਾ ਦੇ ਕੇ ਘਰੇ ਬੈਠ ਕੇ ਸੀ ਉਹ ਸਾਲ ਕਰੇ ਬਥੇਰੇ ਕਿਉਂਕਿ ਉਹਨਾਂ ਨੂੰ ਸੀਗਾ ਵੀ ਸ਼ਾਇਦ ਕੰਮ ਸ਼ਾਇਦ ਸੁਧਰ ਜੇ ਚਲੋ ਮੇਰੀ ਉਮਰ ਹੋ ਗਈ ਮੈਂ ਆਪਦਾ ਉਹਨਾਂ ਦੀ ਜਿਹੜੀ ਸੱਚੀ ਗੱਲ ਇਹ ਹੈ ਵੀ ਮੈਂ ਬਥੇਰਾ ਚਿਰ ਸਿਆਸਤ ਕਰਨੀ ਹੁਣ ਮੈਂ ਆਪਦਾ ਕਰੇ ਮਿਲਣਾ ਤੁਸੀਂ ਕਰੋ ਤੇ ਮੈਨੂੰ ਉਹਨਾਂ ਨੇ ਇਲੈਕਸ਼ਨ ਜਦ ਮੈਂ ਲੜੀ ਥੋੜਾ ਪ੍ਰਚਾਰ 'ਚ ਵੀ ਸ਼ਾਇਦ ਉਹ ਸਿੱਧੇ ਤਰੀਕੇ ਨਾਲ ਨਹੀਂ ਆਏ ਸੀ ਮੈਨੂੰ ਰੋਕਿਆ ਔਰ ਪ੍ਰਚਾਰ ਦੇ ਵਿੱਚ ਆਏ ਵੀ ਨਹੀਂ ਤੇ ਮੈਨੂੰ ਵੀ ਰੋਕਿਆ ਵੀ ਤੂੰ ਨਾ ਲੜ ਪਰ ਜਦ ਸਾਲ ਬੀਤਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੇਰ ਵੀ ਉਹੀ ਗਲਤੀਆਂ ਜਿਹੜੀਆਂ ਚੱਲਦੀਆਂ ਰਹੀਆਂ ਅਸੀਂ ਹਰ ਮੁੱਦੇ ਤੇ ਚਾਹੇ ਪਹਿਲਾਂ ਤਾਂ ਆਪ ਦੇਖੋ ਬਰਗਾੜੀ ਇਸ਼ੂ ਹੋਇਆ ਹੋਰ ਇਸ਼ੂ ਹੋਏ ਚਾਹੇ ਸਰਕਾਰ ਦੇ ਵਿੱਚ ਜੋ ਗਲਤੀਆਂ ਹੋਈਆਂ ਮੁਰਲਾ ਇਸ਼ੂ ਕੀ ਸੀਗਾ ਮੁਰਲਾ ਇਸ਼ੂ ਕੀ ਸੀ ਜੀ ਕਈ ਕਈ ਚੀਜ਼ਾਂ ਹੁੰਦੀਆਂ ਨੇ ਲੇਕਿਨ ਕੋਈ ਚੀਜ਼ ਐਸੀ ਹੁੰਦੀ ਨੇ ਜਿਹੜੀ ਨਾਕਾਬਿਲੇ برداشت ਹੁੰਦੀ ਹੈ ਯਾਰ ਪਹਿਲਾਂ ਤੁਹਾਡੀ ਲੌਲਟੀ ਵੀ ਤਾਂ ਇੱਕ ਮਿਆਰੀ ਸੀ ਨਾ ਲੌਲਟੀ ਪਹਿਲਾਂ ਤਾਂ ਜੋ ਪਾਰਟੀ ਦੇ ਵਿੱਚ ਜੋ ਜਿਸ ਤਰੀਕੇ ਨਾਲ ਡਿਸੀਜਨ 메ਕਿੰਗ ਹੋਈ ਜਿਸ ਤਰੀਕੇ ਨਾਲ ਹੌਲੀ ਹੌਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਫੈਸਲੇ ਲੈਣ ਤੋਂ ਪਿੱਛੇ ਹਟਣ ਲੱਗੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਇਹ ਦੋਸ਼ ਲੱਗੇ ਕਾਲੀ ਦਲ ਤੇ ਜਿਹੜਾ ਹੈ ਚਾਹੇ ਨਸ਼ਿਆਂ ਦੇ ਚਾਹੇ ਵਪਾਰ ਦੇ ਉਹਦੇ ਜਿਹੜਾ ਹੈ ਰੇਫੀਆ ਦੇ ਜਾਂ ਵਰ ਮਾਫੀਆ ਦੇ ਜੀ ਜੀ ਉਸ ਤੋਂ ਬਾਅਦ ਉਹ ਵੀ ਗੱਲਾਂ ਹੋਈਆਂ ਉਸ ਤੋਂ ਬਾਅਦ ਫਿਰ ਬਰਗਾੜੀ ਦਾ ਈਸ਼ੂ ਹੋਇਆ ਹਮ ਬਰਗਾੜੀ ਦੇ ਵਿੱਚ ਵੀ ਉਸ ਤੋਂ ਬਾਅਦ ਟੀਨਤਾ ਸਾਹਿਬ ਨੇ ਗੱਲ ਕਹੀ ਵੀ ਦੋ ਚੀਜ਼ਾਂ ਆਪਾਂ ਨੂੰ ਬਹੁਤ ਜ਼ਰੂਰੀ ਨੇ ਵਿਕਤਾ ਜਿਹੜੇ ਦੋਸ਼ੀ ਨੇ ਉਹ ਛੇਤੀ ਫੜੇ ਜਾ ਕੇ ਉਹਨੂੰ ਸਜ਼ਾ ਮਿਲੇ ਜੇ ਆਪਾਂ ਇਹਦਾ ਹੈ ਲੋਕਾਂ ਦੇ ਵਿੱਚ ਆਪਣੀ ਸਾਖ ਰੱਖਣੀ ਚਾਹੁੰਦੇ ਆ। ਹੂੰ ਹੂੰ। ਦੂਸਰਾ ਵੀ ਕਿਉਂਕਿ ਆਪਣੀ ਸਰਕਾਰ ਦੇ ਵਿੱਚ ਹੋਇਆ ਇਹ। ਹੂੰ ਹੂੰ। ਆਪਾਂ ਨੂੰ ਘੱਟੋ ਘੱਟ ਇਸ ਗੱਲ ਦੀ ਤਾਂ ਸਾਨੂੰ ਜਿਹੜੀਆਂ ਮਾਫੀ ਮੰਗਣੀ ਚਾਹੀਦੀ ਹੈ ਵੀ ਸਾਡੀ ਸਰਕਾਰ ਚ ਹੋਇਆ। ਹੂੰ। ਤੇ ਅਸੀਂ ਹਜੇ ਤੱਕ ਕੋਈ ਨਹੀਂ ਫੜ ਚਕੇ ਵੀ ਆਪਣੀ ਗਲਤੀ ਮੰਨੀ ਚਾਹੀਦੀ ਹੈ ਤੇ ਜੇ ਆਪਾਂ ਚਾਹੀਏ ਵੀ ਕੱਲ ਤੱਕ ਸਭ ਤੇ ਪੇਸ਼ ਹੋਣਾ ਚਾਹੀਦਾ। ਹੂੰ ਹੂੰ। ਉਹ ਗੱਲਾਂ ਵੀ ਜਿਹੜੀਆਂ ਪਾਰਟੀ ਦੇ ਵਿੱਚ ਚੱਲੀਆਂ ਉਹਦੇ ਚ ਕੋਈ ਸਿੱਟਾ ਨਾ ਨਿਕਲਿਆ। ਹੂੰ ਹੂੰ। ਫੇਰ ਜਦ ਇਲੈਕਸ਼ਨ ਹੋਗੀ ਇੰਤਜ਼ਾਮ ਨੇ ਕਿਹਾ ਵੀ ਹੁਣ ਆਪਾਂ ਨੂੰ ਇਹ ਸਾਰੀਆਂ ਮੈਂ ਗੱਲਾਂ ਕਰਦਾ ਰਿਹਾ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਵੀ ਹੁਣ ਦੇਖੋ ਆਪਾਂ ਇਲੈਕਸ਼ਨ ਹਾਰ ਗਏ ਹੁਣ ਕਿਉਂਕਿ ਇਹ ਇੱਕ ਮੈਂਸਮ ਦਾ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇੱਕ ਪਰੰਪਰਾ ਹੈ ਵੀ ਆਪਾਂ ਇਲੈਕਸ਼ਨ ਹਾਰ ਦਿਆਂ ਤਾਂ ਕਿਸੇ ਨਾ ਕਿਸੇ ਤਾਂ ਜਿੰਮੇਵਾਰੀ ਫਿਕਸ ਕਰਦੇ ਹੀ ਆ ਵੀ ਕਿਉਂ ਹਾਰੇ ਆਪਾਂ ਨੂੰ ਉਹਦੀ ਪਰਚੋਲ ਕਰਕੇ ਜਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਤੇ ਉਹਨਾਂ ਚਿਰ ਪ੍ਰਧਾਨ ਸਾਬ ਪਾਸੇ ਹੋ ਜਾਣ ਬਾਦਲ ਸਾਹਿਬ ਨੂੰ ਜਿੰਮੇਵਾਰੀ ਦੇ ਦੇਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਗੱਲ ਨਾਲ ਹੋਰ ਫਰਕ ਵਧਿਆ ਸੋ ਉਸ ਤੋਂ ਬਾਅਦ ਵੀ ਦੋ ਤਿੰਨ ਇਸ਼ੂਜ਼ ਹੋਏ ਜਿਹਦੇ ਕਰਕੇ ਫਿਰ ਉਹ ਅਸਤੀਫਾ ਦੇ ਕੇ ਕਰੇ ਬੈ ਗਏ ਫਿਰ ਉਹਨੇ ਮਹਿਸੂਸ ਕੀਤਾ ਜੇ ਸਾਰੇ ਟਕਸਾਲੀ ਆ ਗੂ ਸੀ ਹੋਰ ਉਹਨਾਂ ਨੇ ਕਿਹਾ ਜੀਨ ਸਾਹਿਬ ਤੁਸੀਂ ਘਰੇ ਨਾ ਬੈਠੋ ਵੀ ਆਖਿਰ ਆਪਾਂ ਨੂੰ ਕਾਲੀ ਦਲ ਦੀ ਜਿਹੜੀ ਆਪਾਂ ਸੋਚਦੀ ਲੜਾਈ ਲੜ ਰਹੇ ਹਾਂ ਸਿਧਾਂਤਾਂ ਦੀ ਲੜਾਈ ਲੜਨੇ ਉਹਦੇ ਵਾਸਤੇ ਵੀ ਆਪਾਂ ਇੰਨਾ ਚਿਰ ਕੁਰਬਾਨੀਆਂ ਕੀਤੀਆਂ ਆ ਆਪਾਂ ਲੜਾਈਆਂ ਲੜੀਆਂ ਨੇ ਵੀ ਉਹਨੂੰ ਆਪ ਇਸ ਤਰੀਕੇ ਦੇ ਨਾਲ ਜੇ ਖਤਮ ਹੋਣ ਦੇਵਾਂਗੇ ਤਾਂ ਫਿਰ ਕੰਮ ਕਿਵੇਂ ਚੱਲੇ ਸੋ ਉਸ ਤੋਂ ਬਾਅਦ ਉਹਨਾਂ ਨੇ ਫਿਰ ਮੈਨੂੰ ਵੀ ਕਿਹਾ ਵੀ ਹੁਣ ਐਕਟਿਵ ਹੋਣਾ ਪੈਣਾ ਵੀ ਤੂੰ ਜਿਹੜਾ ਹੈ ਅਸਤੀਫਾ ਦੇ ਦੇ ਤੇ ਮੈਂ ਉਹਨਾਂ ਦੀ ਜਿਹੜੀ ਸਲਾਹ ਦੇ ਨਾਲ ਫੈਸਲਾ ਕਰਨ ਤੋਂ ਬਾਅਦ ਇਹ ਅਸਤੀਫਾ ਦਿੱਤਾ ਸੋ ਇਸ ਲਈ ਇਹ ਇੱਕ ਇੱਕੋ ਰਾਤੋਂ ਰਾਤ ਨਹੀਂ ਹੈ ਗ੍ਰੈਜੂਅਲ ਜਿਹੜਾ ਹੈ ਮੈਂ ਸਮਝਦਾ ਚਾਰ ਪੰਜ ਸਾਲ ਦੇ ਵਿੱਚ ਵਿੱਚ ਹੌਲੀ ਹੌਲੀ ਜਿਹੜਾ ਹੈ ਇਹ ਘਟਨਾ ਕਰਮ ਚੱਲੇ ਲੇਕਿਨ ਟਿੰਦਸਾ ਸਾਹਿਬ ਦੇ ਜਿਵੇਂ ਗੈਪ ਸੀ ਉਹਦੇ ਵਿੱਚ ਕੀ ਆਪਸ ਵਿੱਚ ਸਲਾਹ ਹੋ ਰਹੀ ਸੀ ਇਹ ਸਲਾਹ ਹੋ ਕੇ ساری ਗੱਲਾਂ ਬਾਤਾਂ ਹੋਈਆਂ ਕਿ ਪਹਿਲਾਂ ਟਿੰਦਸਾ ਸਾਹਿਬ ਜਾਣਗੇ ਤੇ ਬਾਅਦ ਤੁਸੀਂ ਜਾਓਗੇ ਤੁਸੀਂ ਕਿਸ ਚੀਜ਼ ਦੀ ਉਡੀਕ ਕਰ ਰਹੇ ਸੀ ਕਿ ਇਹ ਗੈਪ ਕਿਉਂ ਰਿਹਾ ਮੈਂ ਕਿਸੇ ਚੀਜ਼ ਦੀ ਨਹੀਂ ਸੀ ਮੈਨੂੰ ਇਹ ਸੀਗਾ ਕਿ ਸ਼ਾਇਦ ਟਿੰਦਸਾ ਸਾਹਿਬ ਕਿਉਂਕਿ ਉਹਨਾਂ ਨੇ ਜੋ ਮੈਨੂੰ ਜੋ ਸਾਡੀ ਗੱਲ ਹੋਈ ਮੇਰਾ ਹੁਣ ਇਸ ਤਰ੍ਹਾਂ ਦੀ ਸਿਆਸਤ 'ਚ ਮੇਰਾ ਮਤਲਬ ਮੇਰਾ ਮਨ ਨਹੀਂ ਮੰਨਦਾ ਮੈਂ ਅਸਤੀਫਾ ਦੇ ਕੇ ਮੈਂ ਚਲੋ ਮੈਂ ਵਧੀਆ ਇੱਜ਼ਤ ਨਾਲ ਆਪਣੀ ਸਿਆਸਤ ਕਰਨੀ ਹੈ ਮੈਂ ਹੁਣ ਘਰ ਹੀ ਬੈਠਾਂਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਜਦ ਸਾਰੇ ਉਹਨਾਂ ਦੇ ਸਾਥੀਆਂ ਨੇ ਉਹਨੂੰ ਕਿਹਾ ਵੀ ਜੀ ਢੀਨ ਸਾਹਿਬ ਇਸ ਤਰੀਕੇ ਨਾਲ ਕੰਮ ਨਹੀਂ ਚੱਲਣਾ ਉਸ ਤੋਂ ਬਾਅਦ ਉਹਨਾਂ ਨੇ ਦੁਬਾਰੇ ਫੈਸਲਾ ਕੀਤਾ ਜਦੋਂ 99 ਸਾਲਾ ਮਨਾਇਆ ਅ ਅਕਾਲੀ ਦਲ ਦਾ ਦਸੰਬਰ ਦੇ ਵਿੱਚ ਉਸ ਤੋਂ ਤਕਰੀਬਨ 10 ਦਿਨ ਪਹਿਲਾਂ ਉਹਨਾਂ ਨੇ ਫਿਰ ਦੁਬਾਰੇ ਐਕਟਿਵ ਹੋਣਾ ਫੈਸਲਾ ਕੀਤਾ ਤੇ ਮੈਨੂੰ ਵੀ ਉਹ ਦੱਸਿਆ ਮੇਰੇ ਲਈ ਇੱਕਦਮ ਫੈਸਲਾ ਲੈਣਾ ਕੋਈ ਇਹ ਸੌਖਾ ਨਹੀਂ ਹੁੰਦਾ ਹਾਲਾਂਕਿ ਮੈਂ ਉਹਨਾਂ ਦੀ ਗੱਲਾਂ ਨਾਲ ਸਹਿਮਤ ਸੀ ਪਰ ਫਿਰ ਵੀ ਪਾਰਟੀ ਨੂੰ ਇੱਕੋਦਮ ਇਸਤਰੀ ਕਿਨਾਂ ਛੱਡਣਾ ਬੰਦੇ ਲਈ ਫੈਸਲਾ ਜਿਹੜਾ ਹੈ ਥੋੜਾ ਜਿਹਾ ਔਕਾਤ ਦਾ ਹਰ ਬੰਦੇ ਵਾਸਤੇ ਨਹੀਂ ਹੁੰਦਾ ਕੋਈ ਵੀ ਬੰਦਾ ਹੋਵੇ ਪਰ ਜਦ ਜਿੱਥੇ ਤੱਕ ਸਿਧਾਂਤਾਂ ਦੀ ਗੱਲ ਤੇ ਜਿਹੜੀ ਉਹ ਚੱਲੇ ਸੀ ਮੈਂ ਸਮਝਦਾ ਮੈਂ ਉਸ ਗੱਲ ਤੇ ਪੂਰਾ ਉਹਨਾਂ ਨਾਲ ਸਹਿਮਤ ਸੀ ਵੀ ਇਹ ਗੱਲ ਦਾ ਜਿਹੜਾ ਹੈ ਸਾਨੂੰ ਜਿਹੜਾ ਹੈ ਕਿਸੇ ਨਾ ਕਿਤੇ ਜਾ ਕੇ ਦਾ ਸਟੈਂਡ ਲੈਣੀ ਪਏਗਾ ਥੋੜੀ ਤੇ ਜਿਹੜੀ ਸੁਖਪੀਰ ਸੀ ਇੱਕ ਬਾਦਲ ਦੀ ਜਿਹੜੀ ਰੈਪੋ ਸੀ ਬਹੁਤ ਬਤੌਰ ਪ੍ਰਧਾਨ ਯਾ ਬਤੌਰ ਡਿਪਟੀ ਜੇ ਤਾਂ ਸੀਐਮ ਰਹੇ ਤੇ ਉਹ 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 ਤਾਂ ਕਾਫੀ ਠੀਕ ਸੀ ਤੋ ਤੁਹਾਡੀ ਘਟਨ ਸੀ ਸੁਖਵੀਰ ਬਾਦਲ ਨੂੰ ਲੈ ਕੇ ਦੇਖੋ ਮੇਰੇ ਕੋਈ ਮੈਂ ਕਹਾਂ ਸੰਬੰਧ ਬਿਲਕੁਲ ਮਾੜੇ ਨਹੀਂ ਸੀ ਉਹਨਾਂ ਨਾਲ ਬਹੁਤ ਵਧੀਆ ਸੰਬੰਧ ਸੀ ਪਰ ਜਿਹੜੀਆਂ ਗੱਲਾਂ ਇਸ ਇਹਦਾ ਜਿਹੜੀਆਂ ਇਹ ਸਾਰੀਆਂ ਘਟਨਾਵਾਂ ਇਹ ਗੱਲਾਂ ਨੂੰ ਤਾਂ ਸਾਰੇ ਨੂੰ ਪਤਾ ਹੀ ਹੈ ਹੂੰ ਉਹਦੇ ਬਾਰੇ ਤਾਂ ਕਿਤੇ ਕਿਤੇ ਸਾਨੂੰ ਮਹਿਸੂਸ ਹੁੰਦਾ ਹੀ ਸੀਗਾ ਵੀ ਯਾਰ ਇਹ ਜਿਹੜੀ ਅਕਾਲੀ ਪਰੰਪਰਾਵਾਂ ਨੇ ਉਹਦੇ ਮੁਤਾਬਕ ਨਹੀਂ ਹੋ ਰਿਆ ਕਿਤੇ ਠੀਕ ਨਹੀਂ ਚੱਲ ਰਿਹਾ ਲੇਕਿਨ ਤੁਹਾਨੂੰ ਨੇ ਕੰਮੜੇ ਚੰਗਾ ਕੀਤਾ ਮਨਪ੍ਰੀਤ ਬਾਦਲ ਦੇ ਜਾਣ ਤੋਂ ਬਾਅਦ ਫਾਈਨੈਂਸ ਮਿਨਿਸਟਰੀ ਤੁਹਾਡੇ ਕੋਲ ਰਹੀ ਇੱਕ ਬਹੁਤ ਹੀ ਪ੍ਰੈਸਟੀਜੀਅਸ ਮਕਮਾ ਵੀ ਹੁੰਦਾ ਹੈ ਤੁਹਾਡੇ ਤੇ ਕਾਫੀ ਵਿਸ਼ਵਾਸ ਜਤਾਇਆ ਅਜੋ ਹੀ ਕਹਿ ਰਹੇ ਨਾ ਵੀ ਵਿਜ਼ਾਰਤਾ ਦਿੱਤੀਆਂ ਫੇਰ ਵੀ ਤੁਸੀਂ ਉਹਨਾਂ ਮੁੱਲ ਨਹੀਂ ਪਾਇਆ ਮੇਰੀ ਗੱਲ ਸੁਣੋ ਮੈਂ ਤਾਂ ਉਹਨਾਂ ਨੂੰ ਕਿਹਾ ਸੀਗਾ ਵੀ ਮੈਂ ਇਸ ਫਾਈਨੈਂਸ ਮਿਨਿਸਟਰੀ ਇਸ ਏਜ ਦੇ ਵਿੱਚ ਛੋਟੀ ਉਮਰ ਵਿੱਚ ਮੈਂ ਚਲਾਉਣ ਦੇ ਸ਼ਾਇਦ ਹਜੇ ਯੋਗ ਨਹੀਂ ਹਾਂ ਵੀ ਕਿਸੇ ਹੋਰ ਨੂੰ ਸੀਨੀਅਰ ਬੰਦੇ ਨੂੰ ਦੇ ਦਿਓ ਹੂੰ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੁਹਾਨੂੰ ਤੁਹਾਨੂੰ ਵੱਡੇ ਵਾਲ ਸਾਹਿਬ ਨੇ ਕਿਹਾ ਵੀ ਨਹੀਂ ਤੁਹਾਨੂੰ ਜਿਹੜਾ ਫਾਈਨੈਂਸ ਮਿਨਿਸਟਰੀ ਲੈਣੀ ਪੈਗੀ ਹੂੰ ਸੋ ਇਸ ਲਈ ਜਿਵੇਂ ਕਹਾਂ ਵੀ ਮੈਂ ਮੰਗ ਕੇ ਲਈ ਕੋਈ ਇਹ ਬਿਲਕੁਲ ਨਹੀਂ ਹੈ ਮੈਂ ਤਾਂ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਮੈਂ ਤਾਂ ਚਲੋ ਮੈਂ ਉੱਥੇ ਨਾ ਨਹੀਂ ਚਲਦਾ ਮੈਂ ਤਾਂ ਦੋ ਤਿੰਨ ਹੋਰ ਬੰਦਿਆਂ ਦਾ ਵੀ ਲੈ ਸੀ ਵੀ ਵਾਲ ਸਾਹਿਬ ਫਲਾਨੀ ਫਲਾਨੀ ਸੀਨੀਅਰ ਇਹਨਾਂ ਨੂੰ ਤੁਸੀਂ ਦੇਖ ਰਹੇ ਕਹਿੰਦੇ ਨਹੀਂ ਕਾਕਾ ਜੀ ਤੁਹਾਨੂੰ ਚੁਣਣਾ ਪੈਣਾ ਤੁਸੀਂ ਠੀਕ ਹੋ ਹੂੰ ਹੂੰ ਤੇ ਮੈਂ ਫਿਰ ਪਾਰਟੀ ਦੀ ਜੋ ਜ਼ਿੰਮੇਵਾਰੀ ਸੀ ਦੇਖੋ ਸਾਂਭੀ ਤੇ ਕਰੀ ਤੇ ਮੈਂ ਇਮਾਨ ਨਾਲ ਕਹਿ ਸਕਦਾ ਹਾਂ ਵੀ ਜੋ ਮੇਰੀ ਜ਼ਿੰਮੇਵਾਰੀ ਲਈ ਮੈਨੂੰ ਮੈਂ ਉਹਨੂੰ ਇਮਾਨਦਾਰੀ ਨਾਲ ਅਤੇ ਜੋ ਜਿਸ ਤਰੀਕੇ ਦੇ ਨਾਲ ਨਿਭਾਉਣੀ ਚਾਹੀਦੀ ਸੀ ਉਹਨੂੰ ਨਿਭਾਉਣ ਦਾ ਯਤਨ ਕੀਤਾ ਤੇ ਕਦੇ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਵੀ ਕੋਈ ਮੇਰੇ ਪ੍ਰਤੀ ਕੋਈ ਸ਼ਿਕਾਇਤ ਨਾ ਹੋਵੇ ਜਾਂ ਮੈਂ ਕੁਝ ਐਸਾ ਗਲਤ ਨਾ ਕਰਾਂ ਕੱਲੂ ਜਿਹਦੇ ਨਾਲ ਪਾਰਟੀ ਦੀ ਜਾਂ ਮੇਰੀ ਬਦਨਾਮੀ ਹੋਵੇ ਸੋ ਉਸ ਤਰੀਕੇ ਨਾਲ ਮੈਂ ਆਪਦੇ ਵੱਲੋਂ ਯਤਨ ਕੀਤਾ ਪਰ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਨੂੰ ਆਖਰ ਤੌਰ ਤੇ ਮੈਨੂੰ ਲੱਗਦਾ ਜਿਹੜੇ ਪਾਰਟੀ ਦੇ ਵਿੱਚ ਅੱਜ ਵੀ ਲੋਕ ਬੈਠੇ ਨੇ ਉਹ ਭਾਵੇਂ ਨਿਜੀ ਤੌਰ ਤੇ ਸਰਦਾਰ ਸੁਬੀਤ ਸਿੰਘ ਬਾਦਲ ਦਾ ਤਾਂ ਹੋਣਗੇ ਪਰ ਜਿਹੜੀਆਂ ਇਹ ਸਿਧਾਂਤਕ ਗੱਲਾਂ ਨੇ ਸਾਰੇ ਇਸ ਗੱਲਾਂ ਨੂੰ ਇਸ ਮਹਿਸੂਸ ਸਾਰੇ ਕਰਦੇ ਆ ਵੀ ਇੱਥੇ ਇਕਾਲੀ ਦਲ ਗਲਤੀਆਂ ਕਰ ਰਿਹਾ ਹੈ ਇਹ ਕਮੀਆਂ ਨੇ ਇਹਨਾਂ ਨੂੰ ਦੂਰ ਕਰਨ ਦੀ ਲੋੜ ਹੈ ਇਹ ਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਮੈਂ ਇਹ ਮਹਿਸੂਸ ਕਰਦਾ ਵੀ ਐਸੇ ਵੱਡੇ ਵੱਡੇ ਖਾਸ ਤੌਰ ਤੇ ਜੋ ਬਰਗਾੜੀ ਦਾ ਇਸ਼ੂ ਹੋਇਆ ਉਹਦੇ ਚ ਜਿਹੜਾ ਇਹ ਅਲੀਗੇਸ਼ਨ ਲੱਗਣੀ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਵਾਸਤੇ ਤਾਂ ਬੜੀ ਸ਼ਰਮਨਾਕ ਗੱਲ ਹੈ ਕਿਉਂਕਿ ਅਸੀਂ ਅਸੀਂ ਪੰਥਕ ਪਰੰਪਰਾਵਾਂ ਦੀ ਗੱਲ ਕਰਦੇ ਆਂ ਤੇ ਸਾਡੇ ਤੇ ਏਡਾ ਵੱਡਾ ਦੋਸ਼ ਸਾਡੇ ਗੁਰੂ ਸੇਵਾਨ ਦੀ ਬੇਅਦਬੀ ਦਾ ਲੱਗ ਜੇ ਤਾਂ ਉਹ ਤੇ ਫਿਰ ਜੇ ਅਸੀਂ ਸੱਚੇ ਤਾਂ ਸਾਨੂੰ ਘੱਟੋ ਘੱਟ ਜਿਹੜਾ ਹੈ ਦੋਸ਼ੀ ਲੱਭਣੇ ਚਾਹੀਦੇ ਸੀ ਆਪਦੇ ਆਪ ਨੂੰ ਅਸੀਂ ਤਾਂ ਹੀ ਸੱਚਾ ਸਾਬਤ ਕਰ ਸਕਦੇ ਹਾਂ ਜੇ ਅਸੀਂ ਦੋਸ਼ੀ ਫੜਾਂਗੇ ਦੇਖੋ ਉਹ ਤਾਂ ਸਮਾਂ ਲੰਘ ਚੁੱਕਿਆ ਸੀ ਤੇ ਜਿਵੇਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਪਹਿਲਾਂ ਅਕਾਲ ਤਖਤ ਗਏ ਉਹਨਾਂ ਨੇ ਆਪਣੀਆਂ ਭੁੱਲਾਂ ਹੀ ਬਖਸ਼ਵਾਈਆਂ ਆਪਾਂ ਕਹਾਂਗੇ ਕਿ ਉਹ ਤਾਂ ਪਹਿਲਾਂ ਚਲੇ ਗਏ ਸੀ ਉਸ ਤੋਂ ਬਾਅਦ ਅਕਾਲੀ ਦਲ ਯੂ نو ਸਮੁੱਚੇ ਅਕਾਲੀ ਦਲ ਦੀ ਲੀਡਰਸ਼ਿਪ ਖੁਦ ਸੁਖਬੀਰ ਬਾਦਲ ਤੇ ਸਿਮਰਤ ਕੌਰ ਸਾਰੇ ਜਾ ਕੇ ਉੱਥੇ ਖੁਦ ਹੀ ਆਪਣੇ ਆਪ ਨੂੰ ਤਨਖਾਹ ਲਗਾ ਕੇ ਇਹ ਕਹਿੰਦੇ ਸੀ ਭੁੱਲਾਂ ਬਖਸ਼ਵਾਂ ਦੇ ਨਜ਼ਰ ਆਏ ਤੋ ਜਿਆਜ ਕਾਲੀ ਦਲ ਤੋਂ ਪੁੱਛਿਆ ਜਾਂਦਾ ਹੈ ਤੇ ਉਹ ਇਸ ਬਾਰੇ ਹਮੇਸ਼ਾ ਕਹਿੰਦੇ ਨੇ ਅਕਾਲ ਪੁਰਖ ਤੇ ਛੱਡ ਤਾ ਅਕਾਲ ਪੁਰਖ ਆਪਣਾ ਫੈਸਲਾ ਕਰੂਗਾ ਦੋਸ਼ੀ ਨੂੰ ਸਜ਼ਾ ਮਿਲੂਗੀ ਤੇ ਅਸੀਂ ਆਪਣੀ ਭੁੱਲਾਂ ਬਖਸ਼ਵਾ ਬਖਸ਼ਵਾਲੀਆਂ ਉਹ ਕਿਹੜੀ ਭੁੱਲ ਲਈ ਤਣੀ ਸਾਫ਼ ਕਰਦੇ ਵੀ ਕਿਹੜੀ ਭੁੱਲ ਸੀ ਜਿਹੜੀ ਬਖਸ਼ਵਾਨ ਦੀ ਲੋੜ ਸੀ ਇਸ ਤਰੀਕੇ ਨਾਲ ਜਾ ਕੇ ਖੁਦ ਨੂੰ ਹੀ ਤਨਖਾਹ ਲਗਵਾਈ ਲੇਕਿਨ ਮੁੱਦਾ ਖੜਾ ਰਿਹਾ ਸੀ ਜਦੋਂ ਇਸ ਤਰੀਕੇ ਦਾ ਇੱਕ ਪਛਤਾਪ ਅਕਾਲੀ ਦਲ ਦੇ ਵਿੱਚ ਅੰਦਰ ਹੈ ਭਾਵੇਂ ਬਾਹਰ ਨਹੀਂ ਮੰਨ ਰਹੇ ਤੇ ਇਹੀ ਸਭ ਤੋਂ ਵੱਡਾ ਸਬੂਤ ਸੀ ਉਹਨਾਂ ਨੇ ਜਾ ਕੇ ਖੁਦ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਸਾਰੀ ਭੁੱਲਾਂ ਬਖਸ਼ਵਾਈਆਂ ਤੇ ਉਹ ਕੀ ਸਫੀਸ਼ੀਐਂਟ ਨਹੀਂ ਸੀ ਲੀਡਰਾਂ ਨੂੰ ਸਮਝਾ ਲੈ ਵੀ ਠੀਕ ਹੈ ਪਾਰਟੀ ਰੀਅਲਾਈਜ਼ ਤਾਂ ਕਰਦੀ ਹੁਣ ਬਾਹਰੋਂ ਪੋਲਿਟਿਕਲ ਇਹਦਾ ਨੁਕਸਾਨ ਹੋ ਜਾਏਗਾ ਇਸ ਵਾਸਤੇ ਹੋਰ ਕੀ ਆਪਣੇ ਆਪ ਨੂੰ ਜਿਲ੍ਹਾ ਚ ਖੁਦ ਸਰੈਂਡਰ ਕਰਦੀ ਵੀ ਅਸੀਂ ਦੋਸ਼ੀਆਂ ਦੇ ਸਾਨੂੰ ਜਿਲ੍ਹਾ ਚ ਪਾ ਦੋ ਨਹੀਂ ਨਹੀਂ ਗੱਲ ਇਹ ਹੈ ਵੀ ਜਿਹੜੀ ਪੁਲ ਬਖਸ਼ਣਾਉਣ ਦਾ ਵੀ ਇੱਕ ਪ੍ਰਕਿਰਿਆ ਹੈ ਜੇ ਅਕਾਲ ਤਖਤ ਸਾਹਿਬ ਤੇ ਤੁਸੀਂ ਪੁਲ ਪਛਾਉਣੀ ਹੈ ਜੀ ਤਾਂ ਪਹਿਲਾਂ ਗਲਤੀ ਮੰਨ ਕੇ ਉੱਥੇ ਪੇਸ਼ ਹੋਣਾ ਪਏਗਾ ਪਹਿਲਾਂ ਗਲਤੀ ਮੰਨੀ ਪੈਣੀ ਹੈ ਪਹਿਲਾਂ ਗਲਤੀ ਮੰਨ ਕੇ ਪੇਸ਼ ਹੋਣਾ ਪੈਣਾ ਹੈ ਉੱਥੇ ਪੇਸ਼ ਹੋ ਕੇ ਫਿਰ ਜੋ ਅਕਾਲ ਤਖਤ ਦੇ ਜਥੇਦਾਰ ਉਚਿਤ ਸਮਝਣਗੇ ਸਜ਼ਾ ਲਾਉਣਗੇ ਇਹ ਸਜ਼ਾ ਲਾਉਣ ਤੋਂ ਬਾਅਦ ਸਜ਼ਾ ਜਦ ਪੂਰੀ ਹੋਊਗੀ ਉਸ ਤੋਂ ਬਾਅਦ ਤੁਹਾਡੀ ਪੁੱਲ ਜਿਹੜੀ ਹੈ ਬਖਸ਼ਾਈ ਜਾ ਸਕਦੀ ਹੈ ਦੇਖੋ ਸਿੱਖ ਕੌਮ ਦੇ ਵਿੱਚ ਬੜੀ ਦਰਿਆਦਿਲ ਹੈ ਬੜੇ ਵੱਡੇ ਵੱਡੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਿਹੜੀ ਹੈ ਪੁੱਲ ਬਖਸ਼ ਜਿਹੜੀ ਹੈ ਬਖਸ਼ੀ ਗਈ ਹੈ ਪਰ ਗੱਲ ਹੈ ਵੀ ਉਹਨੂੰ ਇੱਕ ਸਿੱਖ ਕੌਮ ਤੋਂ ਤੇ ਅੱਗੇ ਇੱਕ ਪ੍ਰੋਪਰ ਪ੍ਰਕਿਰਿਆ ਨਾਲ ਉਹ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਹੋਈ ਉਹ ਤਾਂ ਮੈਨੂੰ ਲੱਗਦਾ ਕਿਸੇ ਦਾ ਵੀ ਸਮਾਂ ਉਹ ਤਾਂ ਰਾਦਰ ਉਹਦਾ ਜਿਸ ਮਕਸਦ ਨਾਲ ਕੀਤੀ ਉਹਦੇ ਉਲਟ ਗਿਆ ਉਹ ਸਾਰਾ ਕੁਝ ਅਸੀਂ ਜਿਹੜੀ ਹੈ ਸੇਵਾ ਵੀ ਕਰ ਲਈ ਜਿਹੜੀ ਵੈਸੀ ਹਰ ਸਿੱਖ ਕਰਦਾ ਹੈ ਪਰ ਸਾਨੂੰ ਸਮਾ ਲੋਕਾਂ ਦੇ ਵਿੱਚ ਇਹ ਗਿਆ ਵੀ ਇਹ ਦੇਖੋ ਕੀ ਦਿਖਾਵਾ ਕਰ ਰਹੇ ਨੇ ਕੀ ਕਰ ਰਹੇ ਨੇ ਸੋ ਉਹਦਾ ਕੋਈ ਵੱਡਾ ਫਾਇਦਾ ਜਿਹੜਾ ਪਾਰਟੀ ਨੂੰ ਨਹੀਂ ਹੋਇਆ ਢੀਂਤਾ ਸਾਹਿਬ ਜਿਵੇਂ ਪਹਿਲਾਂ ਕਹਿੰਦੇ ਸੀਗੇ ਵੀ 2016 ਦੇ ਵਿੱਚ ਇਸ ਤਰੀਕੇ ਨਾਲ ਆਪਾਂ ਨੂੰ ਕਰਨਾ ਚਾਹੀਦਾ ਹੈ ਪੇਸ਼ ਹੋ ਕੇ ਜੇ ਉਹ ਉਦੋਂ ਉਸ ਤਰੀਕੇ ਨਾਲ ਹੋ ਜਾਂਦਾ ਮੈਂ ਸਮਝਦਾ ਅੱਜ ਪਾਰਟੀ ਦੀ ਸਥਿਤੀ ਕੁਝ ਹੋਰ ਹੈ 2016 ਦੇ ਲੈਵਲ ਤੇ ਉਸੇ ਵਕਤ ਗੱਲ ਹੋਈ ਉਸੇ ਉਸੇ ਕੋ ਸਮੇਂ ਹੋਈਆਂ ਗੱਲਾਂ ਸਾਰੀਆਂ ਰਿਲੇਜੇਸ਼ਨ ਪਾਰਟੀ ਦੇ ਅੰਦਰ ਲੀਡਰਾਂ ਅੰਦਰ ਆ ਗਏ ਸੀ ਕਿਉਂਕਿ ਉਸ ਵਕਤ ਬਹੁਤ ਜ਼ਿਆਦਾ ਤਣਾਅ ਸੀ ਪ੍ਰੈਸ਼ਰ ਵੀ ਸੀ ਹਮਮ ਲੇਕਿਨ ਹੁਣ ਅੱਗੇ ਦੀ ਰਾਹ ਕੀ ਹੈ ਅੱਗੇ ਦੀ ਰਾਹ ਦੇ ਵਿੱਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਇਹ ਸਮਝਣਾ ਬੜਾ ਜ਼ਰੂਰੀ ਹੈ ਵੀ ਤੁਸੀਂ ਇੱਕ ਸ਼ਬਦ ਪਿੱਛੇ ਲਾਇਆ ਡੈਮੋਕਰੈਟਿਕ ਤੁਸੀਂ ਕਹਿੰਦੇ ਹੋ ਡੈਮੋਕਰੈਟਿਕ ਇਕਨੋਮਿਕ ਨਕਲੇਚਰ ਹੈ ਲੇਕਿਨ ਉਧਰ ਇੱਕ ਸੀਗਾ ਟਕਸਾਲੀ ਹੁਣ ਇਹ ਚੀਜ਼ ਕਲੀਅਰ ਹੈ ਵੀ ਜੇ ਟਕਸਾਲੀ ਨਾ ਰਹਿੰਦਾ ਤੇ ਜੇ ਡੈਮੋਕਰੈਟਿਕ ਹੈ ਇਹਦੇ 'ਚ ਤੁਸੀਂ ਆਪਣੀ ਪਾਰਟੀ ਵੱਜੋਂ ਕੋਈ ਸੈਕੂਲਰ ਦਿਖ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਇਹੀ ਚੀਜ਼ ਜਨਮਦੰਦੀਆਂ ਉਹਨਾਂ ਸਵਾਲਾਂ ਨੂੰ ਹੋਣਾ ਖਰਚਿਆਂ ਨੂੰ ਵੀ ਕਿਤੇ ਕੋਈ ਐਸੀ ਗੱਲ ਤਾਂ ਨਹੀਂ ਕਿ ਕੱਲ ਨੂੰ ਭਾਜਪਾ ਆਪਣੀ ਜੇ ਪੋਲਿਟੀਕਲ ਰਾਜਸੀ ਜਿਹੜੀ ਪੇਚ ਤਿਆਰ ਕਰ ਰਹੀ ਹੈ ਉਹਦੇ ਵਿੱਚ ਤੁਹਾਨੂੰ ਇੱਕ ਭਾਈਵਾਲ ਲੈਣਾ ਚਾਹੁੰਦੀ ਹੈ ਤੇ ਉਹ ਇੱਕ ਕਟੜ ਅਕਾਲੀ ਦਲ ਨਹੀਂ ਬਲਕਿ ਇੱਕ ਸੈਕੂਲਰ ਦਿਖਵਾਲਾ ਇੱਕ ਡੈਮੋਕਰੈਟਿਕ ਲਿਬਰਲ ਅਕਾਲੀ ਦਲ ਚਾਹੁੰਦੇ ਜਿਹਦੇ ਨਾਲ ਉਹ ਅੱਗੇ ਤੁਰ ਪਾਏ ਉਹ ਮੈਂ ਨਹੀਂ ਸਮਝਦਾ ਅਕਾਲੀ ਦਲ ਨਾਂ ਦਾ ਤੇ ਅਕਾਲੀ ਉਹ ਉਹਦਾ ਨਾਲ ਕੋਈ ਫਰਕ ਨਹੀਂ ਪੈਂਦਾ ਗੱਲ ਇਹ ਵੀ ਟਕਸਾਲੀ ਪਾਰਟੀ 3 ਸਾਂ ਦੇ ਮੰਨਾਂ ਸੀ ਵੀ ਕਿਉਂਕਿ ਪਿਛਲੇ ਇਲੈਕਸ਼ਨਾਂ ਟਕਸਾਲੀ ਦਲ ਨੇ ਲੜੀਆਂ ਉਹਦਾ ਵਧੀਆ ਪਰਫਾਰਮੈਂਸ ਨਹੀਂ ਦੇ ਸਕੇ ਇਸ ਲਈ ਉਹ ਉਹ ਜਿਹੜੀ ਹੈ ਇੱਕ ਸਾਖ ਪਾਰਟੀ ਦੀ ਜਿਹੜਾ ਫਰਸਟ ਇਮਪ੍ਰੈਸ਼ਨ ਹੁੰਦਾ ਜੋ ਖਰਾਬ ਹੋ ਜੇ ਤਾਂ ਫਿਰ ਉਹਨੂੰ ਲੰਬੇ ਸਮੇਂ ਲਈ ਉਸ ਚੀਜ਼ ਨੂੰ ਤੁਸੀਂ ਜਿਹੜਾ ਹੈ ਕਈ ਵਾਰ ਨਵੇਂ ਸਵੇਰੇ ਤੋਂ ਬੈਟਰ ਸ਼ੁਰੂ ਕਰਨਾ ਬੈਟਰ ਹੁੰਦਾ ਹੈਗਾ ਉਹ ਨੇ ਹੀ ਕਿਹਾ ਸੀ ਵੀ ਆਪਾਂ ਇਕੱਠੇ ਰਲ ਕੇ ਜਿਹੜੀ ਹੈ ਇੱਕ ਨਵੀਂ ਰਿਲੇਵਾ ਕਰਕੇ ਮਤਲਬ ਪੰਗ ਕਰਨ ਦੀ ਵੀ ਲੋੜ ਨਹੀਂ ਇਕੱਠੇ ਰਾਲੀ ਹੈ ਤੇ ਇੱਕ ਨਵੀਂ ਪਾਰਟੀ ਸਥਾਪਿਤ ਕਰੀ ਜੀ ਜਿਹਦਾ ਨਾਂ ਆਪਾਂ ਰੱਖੀਏ ਤਾਂ ਉਹਦੇ ਵਿੱਚ ਚਲੋ ਨਹੀਂ ਸਹਿਮਤੀ ਬਣ ਸਕੀ ਜੂਰੀ ਨਹੀਂ ਵੀ ਹਰ ਗੱਲ ਤੇ ਸਹਿਮਤੀ ਬਣ ਸਕੇ ਤੇ ਅਸੀਂ ਤਾਂ ਕਦੇ ਵੀ ਟਕਾਲੀ ਕਾਲੀ ਨਾਲ ਜੁਆਇਨ ਨਹੀਂ ਸੀ ਕੀਤਾ ਸੋ ਢਿੰਦਰ ਸਾਹਿਬ ਨੇ ਸਾਰੇ ਆਪਣੇ ਸਾਥੀਆਂ ਨਾਲ ਜਿਹੜੇ ਸਮੇਂ ਦੇ ਨਾਲ ਪਿਛਲੇ 6 ਮਹੀਨਿਆਂ ਦੇ ਵਿੱਚ ਉਹਨਾਂ ਦੇ ਨਾਲ ਜਾਂ ਪਹਿਲਾਂ ਸੀਗੇ ਜਾਂ ਬਾਅਦ ਚੜਲੇ ਉਨਾ ਸਾਰਿਆਂ ਦੀ ਸਲਾਹ ਦੇ ਬਾਅਦ ਇਹ ਫੈਸਲਾ ਕੀਤਾ ਤੇ ਸਾਰਿਆਂ ਦੀ ਇਹ ਸੀ ਕਿ ਵੀ ਆਪਾਂ ਨੂੰ ਜਲਦੀ ਕੋਈ ਪਲੈਟਫਾਰਮ ਜ਼ਰੂਰ ਜਿਹੜਾ ਹੈ ਤਿਆਰ ਕਰਨਾ ਚਾਹੀਦਾ ਜਿੱਤੋਂ ਅਸੀਂ ਆਪਣੀ ਸਾਰੀ ਇੱਕ ਜਿਹੜੀ ਮੂਵਮੈਂਟ ਹੈ ਸ਼ੁਰੂ ਕਰ ਸਕੀਏ ਬਿਕਾਜ਼ ਵਿਦਆਊਟ ਪਲੈਟਫਾਰਮ विदाउट पार्टी स्ट्रक्चर ਦਾ ਕੁਝ ਵੀ ਨਹੀਂ ਤੁਸੀਂ ਤੋਰ ਸਕਦੇ ਅੱਗੇ ਹੂੰ 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 ਲੇਕਿਨ ਤੁਸੀਂ ਟਿੰਸਾ ਸਾਹਿਬ ਇਹ ਮੰਨਦੇ ਹੋ ਕਿ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਇਹ ਮੰਨਿਆ ਗਿਆ ਵੀ ਅਕਾਲੀ ਦਲ ਸਪਲਿੰਟਰ ਬਹੁਤ ਬਣੇ ਸਰਭਿੰ ਸ਼ੁਰੂਮਣੇ ਅਕਾਲੀ ਦਲ ਬਣਿਆ ਉਸ ਵਕ ਟੋੜਾ ਸਾਹਿਬ ਨੇ ਬਗਾਵਤ ਹੁਣ ਟੋੜਾ ਸਾਹਿਬ ਦਾ ਕਿਰਦਾਰ ਕਦ ਜੋ ਐਸਜੀਪੀਸੀ ਦਾ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਉਹਨਾਂ ਦਾ ਪ੍ਰਧਾਨ ਰਹਿਣਾ ਜਿਤ ਐਡੇ ਵੱਡੇ ਪੰਥਕ ਲੀਡਰ ਆਪਣੇ ਆਪ ਨੂੰ ਅਲੱਗ ਜਦੋਂ ਖੜਾ ਕਰਕੇ ਦੇਖਿਆ ਤੇ ਉਹਨਾਂ ਦੇ ਹੱਥ ਕੁਝ ਨਹੀਂ ਲੱਗ ਪਾਇਆ ਲੀਡਰ ਉਹੀ ਚੱਲਿਆ ਪ੍ਰਕਾਸ਼ ਸਿੰਘ ਬਾਦਲ ਮੋਡਰੇਸ਼ਨ ਦੇ ਵਿੱਚ ਉਸਨੇ ਪੋਲਿਟਿਕਸ ਕੀਤੀ ਤੇ ਉਹ ਲਗਾਤਾਰ ਮਤਲਬ ਲਗਾਤਾਰ ਮਤਲਬ 5 ਵਾਰ ਮੁੱਖ ਮੰਤਰੀ ਬਣ ਜਾਂਦਾ ਹੈ ਲੇਕਿਨ ਮੋਡਰੇਸ਼ਨ ਵਾਲੀ ਪੋਲਿਟਿਕਸ ਅਕਾਲੀ ਦਲ ਚੱਲਦੀ ਹੈ ਲੇਕਿਨ ਸਪਲਿੰਟਰ ਗਰੁੱਪ ਅੱਜ ਤੱਕ ਨਹੀਂ ਚੱਲ ਪਾਇਆ ਟਕਸਾਲੀ ਹੋਣੇ ਉਸ ਤੋਂ ਪਹਿਲਾਂ ਸਰ ਵੀ ਅਕਾਲੀ ਦਲ ਅਲੱਗ-ਅਲੱਗ ਸਮੇਂ ਤੇ ਅਕਾਲੀ ਦਲ ਟੁੱਟਦਾ ਰਿਹਾ ਹੈ ਤੇ ਸਪਲਿੰਟਰਸ ਅਲੱਗ ਹੁੰਦੇ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਵੀ ਯੂ نو ਹਿਸਟਰੀ ਡਸਨਟ ਸਪੋਰਟ ਕਿ ਐਨੀ ਸਪਲਿੰਟਰ ਅਕਾਲੀ ਦਲ ਗਰੁੱਪ ਵਿਲ ਐਵਰ ਇਮਰਜ ਨਹੀਂ ਉਹਦੇ ਚ ਫਰਕ ਕੀ ਹੈ ਫਰਕ ਸਿਰਫ ਬੇਦਬੀ ਦੀਆਂ ਘਟਨਾਵਾਂ ਇੱਕ ਇਹੀ ਫੈਕਟਰ ਹੈ ਜਿਸ ਤੇ ਜਿਸ ਤੋਂ ਤੁਸੀਂ ਸ਼ਕਤੀ ਲੈ ਕੇ ਸੋਚ ਰਹੇ ਹੋ ਵੀ ਅਸੀਂ ਪੰਥਕ ਪੋਲਿਟਿਕਸ ਬੈਟਰ ਕਰ ਲਾਂਗੇ ਕੱਲ੍ਹ ਨੂੰ ਨਾਟ ਓਨਲੀ ਬੇਦਬੀ ਸਾਰੀਆਂ ਕਈ ਚੀਜ਼ਾਂ ਨੇ ਦੇਖੋ ਗੱਲ ਇਹ ਵੀ ਗੱਲ ਸਾਡੀ ਕੋਰ ਆਈਡੀਓਲੋਜੀ ਦੀ ਹੈ ਗੱਲ ਸਾਡੇ ਸਿਧਾਂਤਾਂ ਦੀਆਂ ਗੱਲ ਸਾਡੀ ਪਾਰਟੀ ਦੀ ਪਾਲਿਸੀ ਦੀ ਹੈ ਤੁਸੀਂ ਬਰਗਾੜੀ ਦਾ ਇਸ਼ੂ ਤਾਂ ਬਹੁਤ ਵੱਡਾ ਹੈ ਉਸ ਤੋਂ ਬਾਅਦ ਵੀ ਹੁਣ ਤੁਸੀਂ ਦੇਖੋ ਤਿੰਨ ਚਾਰ ਐਸੇ ਇਸ਼ੂਸ ਹੋ ਗਏ 370 ਧਾਰਾ ਤੋੜੀ ਉਸ ਤੋਂ ਬਾਅਦ 370 ਤੋੜਨ ਤੋਂ ਬਾਅਦ ਉਹਨੂੰ ਯੂਟੀ ਬਣਾ ਦਿੱਤਾ ਗਿਆ ਜੰਮੂ ਕਸ਼ਮੀਰ ਨੂੰ ਤੇ ਲਦਾਖ ਨੂੰ ਤੇ ਦੱਸੋ ਇਹ ਕਹੀ ਜੀ ਪਰੰਪਰਾ ਵੀ ਸੂਬਿਆਂ ਨੇ ਤੁਸੀਂ 2 ਮਿੰਟ ਚ ਅਧਿਕਾਰ ਖੋਲੋ ਉੱਥੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੂਬਿਆਂ ਨੂੰ ਵਾਧ ਅਧਿਕਾਰ ਦੀ ਗੱਲ ਕਰਦੀ ਹੈ ਉੱਥੇ ਵੋਟ ਪਾ ਕੇ ਆਉਂਦੀ ਹੈ ਕਿੱਥੇ ਰਹਿ ਗਈ ਅਕਾਲੀ ਕੋਲ ਆਈਡੀਓਲੋਜੀ ਫਿਰ ਅਸੀਂ ਸਿਟੀਨਸ਼ਿਪ ਐਮੈਂਡਮੈਂਟ ਟੈਕນິກ ਦੀ ਗੱਲ ਕਰੀਏ ਉੱਥੇ ਉਹਨਾਂ ਨੇ ਇੱਕ ਪਾਰਟਿਕੂਲਰ ਰਿਲੀਜੀਅਨ ਨੂੰ ਚੱਕ ਕੇ ਬਾਹਰ ਕਰਤਾ ਵੀ ਇਹਨਾਂ ਨੂੰ ਜਿਹੜਾ ਹੈ ਅਸੀਂ ਨਹੀਂ ਕਨਸਿਡਰ ਕਰਾਂਗੇ ਉੱਥੇ ਅਕਾਲੀ ਦਲ ਹਮੇਸ਼ਾ ਜਿਹੜੀ ਹੈ ਮਾਈਨੋਰਟੀਜ਼ ਦੀ ਗੱਲ ਕਰਦੀ ਰਹੀ ਹੈ ਖੁਦ ਮਾਈਨੋਰਟੀ ਹੋਣ ਦੇ ਨਾਤੇ ਸਾਡੀ ਡਿਊਟੀ ਬਣਦੀ ਹੈ ਸਾਡੇ ਸਿਧਾਂਤ ਵੀ ਇਹੀ ਹੈ ਸਾਡੇ ਗੁਰੂ ਸਾਹਿਬਾਨ ਨੇ ਇਹਦੇ ਵਿੱਚ ਉੱਥੇ ਅਸੀਂ ਫੇਰ ਨਹੀਂ ਆਵਦਾ ਸਟੈਂਡ ਉੱਥੇ ਸਪਸ਼ਟ ਕਰ ਸਕੇ ਅਸੀਂ ਫੇਰ ਵੋਟ ਪਾ ਕੇ ਆਏ ਹਾਂ ਹੁਣ ਫਾਰਮਰ ਇਸ਼ੂਸ ਨੇ ਕਿਸਾਨਾਂ ਦੇ ਤੇਨ ਆਰਡੀਨੈਂਸ ਆਏ ਨੇ ਸਾਰਾ ਪੰਜਾਬ ਵਿਰੋਧ ਕਰ ਰਿਹਾ ਹੈ ਫਰੋਨੀ ਗਾਲੀ ਦਾ ਲੋਹ ਦੀ ਫੇਰ ਮਦਦ ਕਰ ਰਿਹਾ ਹੈ ਦੇਖੋ ਅਸੀਂ ਖੜੇ ਕਿੱਥੇ ਆ ਸਾਡੀ ਇਹੀ ਤਾਂ ਸਾਡਾ ਸਾਰਾ ਕੁਝ ਸੀਗਾ ਸਾਡੀ ਅਸੀਂ ਪੂਰੀ ਸਾਡੇ ਜਿਹੜੇ ਬਜ਼ੁਰਗਾਂ ਨੇ ਇੰਨੇ ਜਿਹੜੀਆਂ ਲੜਾਈਆਂ ਇੰਨੀਆਂ ਕੁਰਬਾਨੀਆਂ ਜੀ ਜੀ ਫੈਡਰਲ ਨੂੰ ਵੱਧ ਅਧਿਕਾਰ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਇੰਨੇ ਮੋਰਚੇ ਲਾਏ ਤੇ ਕੀ ਅੱਜ ਉਹ 70 ਸਾਲ ਦੀ ਸਾਰਾ ਸੰਘਰਸ਼ ਆ ਕੇ ਜ਼ੀਰੋ ਹੋ ਗਿਆ ਕੀ ਸਾਨੂੰ ਉਹ ਸਾਰੇ ਇਤਿਹਾਸ ਦੇ ਵੱਲ ਆਪਦੇ ਵੱਲ ਕੁਰਬਾਨੀਆਂ ਵੱਲ ਨਹੀਂ ਸੋਚਣਾ ਚਾਹੀਦਾ ਇਹ ਜੇ ਫੈਸਲੇ ਕਰਨ ਤੋਂ ਪਹਿਲਾਂ ਤੇ ਫੈਸਲੇ ਕੀ ਇਹ ਕੋਰ ਕਮੇਟੀ ਦੀ ਸਹਿਮਤੀ ਨਾਲ ਹੋਏ ਨੇ ਜਾਂ ਸਾਰੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਬੈਠ ਕੇ ਕੀਤੇ ਨੇ ਮੇਰਾ ਕਹਿਣਾ ਇਹ ਹੈ ਵੀ ਅਸੀਂ ਜਦ ਜਿਹੜੀ ਪਾਰਟੀ ਆਫ ਦੀ ਕੋਰ ਡਾਇਓਲੋਜੀ ਛੱਡ ਜੇ ਉਹ ਫਿਰ ਜ਼ਿਆਦਾ ਚਿਰ ਨਹੀਂ ਰਹਿ ਸਕਦੀ ਕਿ ਕਿਉਂ ਹੈ ਥੋੜੇ ਆਸਾਨ ਲਾ ਕਿਉਂਕਿ ਤੁਸੀਂ ਅਕਾਲੀ ਦਲ ਨੂੰ ਦੇ ਵਿੱਚ ਵਿਚਰੇ ਹੋ ਤੁਸੀਂ ਸਾਰਾ ਸਿਸਟਮ ਦੇਖਿਆ ਪਿਤਾ ਜੀ ਤੁਹਾਡੇ ਵੀ ਵਿਚਰੇ ਨੇ ਇਹ ਕਿਉਂ ਹੋਇਆ ਇਹ ਇਹ ਨਿਗਾਰ ਕਿਉਂ ਆਇਆ ਪ੍ਰਕਾਸ਼ ਸਿੰਘ ਬਾਦਲ ਤਾਂ ਸ਼ਾਇਦ ਆਪਾਂ ਉਹਨੂੰ ਐਨਾ ਵੱਡਾ ਜ਼ਿੰਮੇਵਾਰ ਮੰਨ ਸਕਦੇ ਹਾਂ ਜਾਂ ਜਦੋਂ ਯੁਵਾਵਾਂ ਦੇ ਹੱਥ ਅਕਾਲੀ ਦਲ ਦੀ ਵਾਗਡੋਰ ਆਈ ਹੈ ਸੁਖਵੀਰ ਸਿੰਘ ਬਾਦਲ ਦੀ ਮੈਂ ਗੱਲ ਕਰ ਰਿਹਾ ਕਿ ਉਹ ਜਿਹੜਾ ਇੱਕ ਯੂਥ ਨੂੰ ਅੱਗੇ ਲੈ ਕੇ ਆਣਾ ਅਕਾਲੀ ਦਲ ਦੇ ਵਿੱਚ ਵੀ ਅੱਜ ਅਸੀਂ ਦੇਖ ਰਹੇ ਹਾਂ ਵੀ ਅਹੁਦੇਦਾਰਾਂ ਦੇ ਰੂਪ ਵਿੱਚ ਵੀ ਹੁਣ ਕੋਰ ਕਮੇਟੀ 'ਚ ਵਿਕਰਮ ਵਜੀਠੀਆ ਵੀ ਲਾ ਲਏ ਗਏ ਨੇ ਪਰਿਵਾਰਵਾਦੀ ਇਲਜ਼ਾਮ ਲੱਗਦਾ ਰਿਹਾ ਹੈਗਾ ਲੇਕਿਨ ਗੱਲ ਇਹ ਵੀ ਕੀ ਜਦੋਂ ਯੂਥ ਅੱਗੇ ਆਂਦਾ ਹੈ ਜਾਂ ਸੁਖਵੀਰ ਬਾਦਲ ਅੱਗੇ ਆਂਦਾ ਤਾਂ ਹੀ ਉਹ ਜਿਹੜੇ ਵੈਲਿਊਜ਼ ਦੇ ਉੱਤੇ ਕੰਪਰੋਮਾਈਜ਼ ਸ਼ੁਰੂ ਹੁੰਦਾ ਹੈ ਕਿ ਇਸ ਨੂੰ ਇੱਕ ਟਰਨਿੰਗ ਪੁਆਇੰਟ ਮੰਨਿਆ ਜਾ ਸਕਦਾ ਹੈ ਕਿ ਸਿਰਫ ਵੱਡੇ ਬਾਦਲ ਯਾਨੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮੰਨਦੇ ਹੋ ਵੀ ਨਹੀਂ ਉਹਨਾਂ ਦੇ ਵੀ ਡੈਲੂਸ਼ਨ ਹੋਈ ਹੈ ਨਹੀਂ ਦੇਖੋ ਗੱਲ ਜਿੰਨਾ ਮੇਰੀ ਜਾਣਕਾਰੀ ਹੈ ਕਿ ਉਹ ਤਕਰੀਬਨ ਮੇਜਰ ਜਿਹੜੇ ਫੈਸਲੇ ਸੀਗੇ ਉਹ ਤਕਰੀਬਨ رائے ਲੈ ਕੇ ਕਰਦੇ ਸੀ ਤੇ ਜੇ ਉਹਨਾਂ ਦਾ ਕੋਈ ਮਨ ਹੁੰਦਾ ਵੀ ਸੀ ਉਹਨੂੰ ਵੀ بڑے ਧੰਗ ਦੇ ਨਾਲ ਉਹ ਉੱਥੇ ਰੱਖ ਕੇ ਆਪਣੀ ਗੱਲ ਮਨਵਾ ਵੀ ਲੈਂਦੇ ਪਰ ਸਾਰਿਆਂ ਦੀ ਸਹਿਮਤੀ ਬਣਾ ਕੇ ਹੁੰਦੀ ਸੀ ਗੱਲ ਦੇ ਸੀਗਾ ਪਰ ਹੁਣ ਸਿਸਟਮ ਜਿਹੜਾ ਹੈ ਵੀ ਸਦਾ ਸੁਖਬੀ ਸਿੰਘ ਵਾਲਦਾ ਉਹਨਾਂ ਦਾ ਤਕਰੀਬਨ ਜੋ ਮਨ ਚਾਗੀ ਗੱਲ ਉਹਨਾਂ ਨੇ ਇੰਪਲੀਮੈਂਟ ਕਰ ਦੇਣੀ ਹੈ ਬਾਅਦ ਚਾਹੇ ਕੋਰ ਕਮੇਟੀ ਜਾਵੇ ਜਾਂ ਕੁਝ ਹੋਵੇ ਸੋ ਇਹ ਇਹ ਚੀਜ਼ਾਂ ਨਾਲ ਪਾਰਟੀ ਦੀ ਵਰਕਿੰਗ ਅਕਾਲੀ ਦਲ ਤਾਂ ਇੱਕ ਸ਼ੁਰੂ ਤੋਂ ਹੀ ਡੈਮੋਕ੍ਰੈਟਿਕ ਫੰਕਸ਼ਨਿੰਗ ਰਹੀ ਹੈ ਇਹਦਾ ਇਹਦੀ ਤਾਂ ਬਣਤਰੀ ਉਹਨਾਂ ਸਿਧਾਂਤਾਂ ਤੇ ਹੋਈ ਹੈ ਜੇ ਆਪਾਂ ਇਹਦਾ ਮੁਕਾਬਲਾ ਦੂਜੀਆਂ ਹੋਰ ਪਾਰਟੀਆਂ ਜਿਹੜੀਆਂ ਨੇ ਜਿਹੜੀਆਂ ਵਨ ਮੈਨ ਪਾਰਟੀਆਂ ਹੋਰ ਸਟੇਜ ਦੇ ਵਿੱਚ ਉਹਨਾਂ ਦੇ ਉਹਨਾਂ ਨਾਲ ਅਸੀਂ ਜੋੜ ਕੇ ਨਹੀਂ ਦੇ ਸਕਦੇ ਸਾਡਾ ਤਾਂ ਸੈਕੰਡ ਜਿਹੜੀ ਹੈ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਦੂਜੇ ਨੰਬਰ ਤੇ ਸਭ ਤੋਂ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਇਹਦਾ ਇਤਿਹਾਸ ਹੈ ਤੇ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਸਪਲਿੰਟਰ ਗਰੁੱਪ ਅੱਜ ਤੱਕ ਕੋਈ ਨਹੀਂ ਪਹੁੰਚ ਨਹੀਂ ਕਰ ਸਕੇ ਇਹ ਤੁਸੀਂ ਸਿਰਫ ਪਿਛਲੇ 20 ਸਾਲ ਦਾ ਇਤਿਹਾਸ ਚੱਕ ਰਹੇ ਹੋ ਜੇ ਤੁਸੀਂ ਉਧਰ ਪਿੱਛੇ ਜਾ ਕੇ ਦੇਖੋ ਤਾਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਸੀ ਉਹਨਾਂ ਨੂੰ ਲਾ ਕੇ ਰਿਪਲੇਸ ਕਰਕੇ ਨਵਾਂ ਪ੍ਰਧਾਨ ਬਣਿਆ ਉਹਨਾਂ ਦੀ ਉਹ 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 ਇੱਛਾ ਛੱਡਣ ਦੀ ਇੱਛਾ ਹੀ ਨਹੀਂ ਸੀ ਸਰਦਾਰ ਸੁਰਜੀਤ ਸਿੰਘ ਬਟਾਲਾ ਮੁੱਖ ਮੰਤਰੀ ਵੀ ਸੀ ਪ੍ਰਧਾਨ ਵੀ ਸੀ ਕਾਲੀ ਦਲ ਦੇ ਉਹਨਾਂ ਦੇ ਅਗੇਂਸਟ ਬਾਲਦ ਸਾਹਿਬ ਨੇ ਗਰੁੱਪ ਖੜਾ ਕੀਤਾ ਤੇ ਹੌਲੀ ਹੌਲੀ ਬਾਲਦ ਸਾਹਿਬ ਨੂੰ ਮਾਨਤਾ ਮਿਲੀ ਉਹ ਗਰੁੱਪ ਬਰਨਾਲਾ ਸਾਹਿਬ ਦਾ ਗਰੁੱਪ ਸਾਈਡਲਾਈਨ ਹੋ ਗਿਆ ਚੱਲਦਾ ਰਿਹਾ ਚਾਹੇ ਪੈਨਲ ਪਰ ਸਾਈਡਲਾਈਨ ਹੋ ਗਿਆ ਜੀ ਜੀ ਮੇਨ ਗਰੁੱਪ ਤਾਂ ਪਹਿਲਾਂ ਸਾਰੇ ਐਮ ਐਲ ਏ ਸਾਰੇ ਕੁਝ ਬਰਨਾਲਾ ਸਾਹਿਬ ਨਾਲ ਹੀ ਸੀ ਸੋ ਇਹ ਜੇ ਕਹੀਏ ਵੀ ਇਹ ਉਦੋਂ ਹਾਲਾਤ ਕੁਝ ਹਰ ਸਮੇਂ ਦੇ ਆਪਦੇ ਅੱਡ ਹਾਲਾਤ ਹੁੰਦੇ ਨੇ ਅਸੀਂ ਤਾਂ ਆਖਰ ਤਾਂ ਦੇਖੋ ਲੋਕਾਂ ਨੇ ਫੈਸਲਾ ਕਰਨਾ ਹੈ ਜਿਵੇਂ ਕਹਿੰਦਾ ਵੀ ਜੇ ਅਸੀਂ ਤਾਂ ਲੋਕਾਂ ਨੇ ਸਾਡੇ ਹੱਥੀ ਕਰਨਾ ਇਹ ਗੱਲ ਨਹੀਂ ਹੈ ਅਸੀਂ ਆਪਣੇ ਮੁੱਦੇ ਲੈ ਕੇ ਜਾਵਾਂਗੇ ਤੇ ਜੇ ਅਸੀਂ ਸੱਚ ਦੇ ਖੜੇ ਆ ਤਾਂ ਲੋਕ ਸਾਡੇ ਨਾਲ ਜਰੂਰ ਸਾਡਾ ਸਾਥ ਦੇਣਗੇ ਤੇ ਅਸੀਂ ਉਹੀ ਸੋਚ ਕੇ ਚੱਲੇ ਆ ਤੇ ਸਾਨੂੰ ਇਹੀ ਭਰੋਸਾ ਹੈ ਵੀ ਜਿਹੜਾ ਪੰਜਾਬ ਦੇ ਜਿਹੜਾ ਇਹਨਾਂ ਮੁੱਦਿਆਂ ਤੇ ਜਿਹੜੇ ਲੋਕ ਚਿੰਤਨ ਕਰਦੇ ਆ ਉਹ ਜਰੂਰ ਸਾਡੇ ਪੱਖ ਨੂੰ ਸਮਝਣਗੇ ਥੋੜਾ এজেন্ডਾ ਯਾ ਆਈਡੀਓਲੋਜੀ ਯਾ ਸੋਚ ਯਾ ਪ੍ਰੋਪਰਟੀ ਦਾ ਪ੍ਰੋਗਰਾਮ ਕੀ ਹੋਣਾ ਹੋਣ ਵਾਲਾ ਹੈ ਤੇ ਜਥੇ ਬੰਦਕ ਢਾਂਚਾ ਉਹ ਉਹਦੇ ਵਿੱਚ ਵੱਖਰਾ ਕੀ ਦੇ ਸਕਦੇ ਹੋ ਕੀ ਦੋਂਗੇ ਤੇ ਪਾਰਟੀ ਦਾ ਟੀਚਾ ਕੀ ਉਹ ਇੱਕ ਪੰਥਕ ਪਾਰਟੀ ਹੋਏਗੀ ਜਿਹਦਾ ਟੀਚਾ ਸਿਰਫ ਅਕਾਲੀ ਦਲ ਬਾਦਲ ਨੂੰ ਠੋਕਣਾ ਹੈ ਯਾ ਫਿਰ ਉਸ ਤੋਂ ਉੱਤੇ ਦੀ ਇੱਕ ਪੋਲਿਟিক্যাল ਜਮਾਤ ਹੈ ਜੋ ਕਿ ਅਲਟਰਨੇਟਿਵ ਡਿਸਕੋਰਸ ਲੈ ਕੇ ਆ ਰਹੀ ਹੈ ਕਿਉਂਕਿ ਲੱਗੇ ਰਿਹਾ ਵੀ ਕਿਤਨਾ ਕਿਤੇ ਸਾਰਾ ਤਾਂ ਨਿਸ਼ਾਨਾ ਅਕਾਲੀ ਦਲ ਬਾਦਲ ਹੀ ਹੈ ਸਾਡਾ ਨਿਸ਼ਾਨਾ ਨਾ ਤਾਂ ਅਕਾਲੀ ਦਲ ਬਾਦਲ ਹੈ ਨਾ ਕੋਈ ਹੋਰ ਹੈ ਸਾਡਾ ਨਿਸ਼ਾਨਾ ਸਿਰਫ ਪੰਜਾਬ ਦੇ ਲੋਕਾਂ ਦੇ ਜੋ ਮੁੱਦੇ ਨੇ ਉਹਨਾਂ ਲਈ ਅਸੀਂ ਪੂਰਾ ਢੜਾਂਗੇ ਚਾਹੇ ਪੰਜਾਬ ਸਰਕਾਰ ਦੇ ਉਲਟ ਹੋਵੇ ਚਾਹੇ ਕੇਂਦਰ ਸਰਕਾਰ ਦੇ ਉਲਟ ਹੋਵੇ ਜਿੱਥੇ ਸਾਡੀ ਜਿਹੜੀ ਪੰਜਾਬ ਦੀ ਗੱਲ ਹੈ ਉਹ ਤੇ ਪੂਰਾ ਡਟ ਕੇ ਪਹਿਰਾ ਦੇਵਾਂਗੇ ਉਹਨਾਂ ਉਹਨਾਂ ਵਿਚਾਰਧਾਰਨਾਂ ਨੂੰ ਅਸੀਂ ਬਿਲਕੁਲ ਕਦੇ ਕੰਪਰੋਮਾਈਜ਼ ਨਹੀਂ ਕਰਾਂਗੇ ਸਾਡਾ ਇਹ ਪਹਿਲਾ ਜਿਹੜਾ ਹੈ ਮਨਸ਼ਾ ਹੈ ਤੇ ਨਾਲੇ ਜਿਹੜੀ ਜੰਗ ਤੁਸੀਂ ਕਿਸੇ ਨੂੰ ਹਰਾਉਣ ਵਾਸਤੇ ਜਿੱਤੋ ਉਹ ਕਦੇ ਤੁਸੀਂ ਜਿੱਤ ਨਹੀਂ ਸਕਦੇ ਜੀ ਇਹ ਤਾਂ ਤੁਹਾਨੂੰ ਆਪਦੀ ਜਿਹੜੀ ਹੈ ਅਸੀਂ ਆਪਦਾ ਜਿਹੜਾ ਹੈ ਲਕੀਰ ਰੁਚੀ ਕਰ ਨਹੀਂ ਪਲਾਨ ਬਣਾ ਰਹੇ ਹਾਂ ਜੋ ਅਸੀਂ ਹੋ ਜੇ ਤਾਂ ਢੀਂਟਾ ਸਾਹਿਬ ਦੀ ਜਿਹੜੀ ਚੋਣ ਹੈ ਇਹ ਵੀ ਆਰਜੀ ਹੈ ਇਹਦੇ ਬਾਅਦ ਅਸੀਂ ਜਿਹੜਾ ਹੈ ਲੋਕਾਂ ਚ ਜਾ ਕੇ ਭਰਤੀ ਕਰਾਂਗੇ ਮੈਂਬਰਸ਼ਿਪ ਡਰਾਈਵ ਚਲਾਵਾਂਗੇ ਉਸ ਤੋਂ ਬਾਅਦ ਸਰਕਲ ਲੈਵਲ ਤੇ ਚੋਣ ਹੋਏਗੀ ਜ਼ਿਲ੍ਹਿਆਂ ਦੀ ਚੋਣ ਹੋਣਗੀਆਂ ਫਿਰ ਪੰਜਾਬ ਦੇ ਜਾਂ ਜਿਹੜੀ ਹੈ ਅਕਾਲੀ ਦਲ ਦੀ ਚੋਣ ਹੋਏਗੀ ਜਿਹਨੂੰ ਵੀ ਲੋਕ ਚਾਣਗੇ ਉਹ ਬਣਾ ਲੈਣ ਤੇ ਇੱਕ ਪੂਰੇ ਡੈਮੋਕਰੈਟਿਕ ਪ੍ਰੋਸੈਸ ਦੇ ਨਾਲ ਅਸੀਂ ਜਿਹੜਾ ਚੱਲਾਂਗੇ ਤੇ ਉਸ ਤੋਂ ਬਾਅਦ ਅਸੀਂ 14 ਜਿਹੜੇ ਨੇ ਆਪਦੇ ਫੰਡamentals ਅਸੀਂ ਦਿੱਤੇ ਸੀਗੇ ਜਿਸ ਦਿਨ ਜਿਸ ਦਿਨ ਟੀਨ ਸਾਹਿਬ ਨੇ ਅਨਾਉਂਸ ਕਰਾਣੇ ਗਿਆ ਜੀ ਜੀ ਤੇ ਉਹਨਾਂ ਨੇ ਸਾਡੇ ਜਿਹੜੇ ਨਿਸ਼ਾਨੇ ਨੇ ਉਹ ਸਾਰੇ ਉਸ ਦਿਨ ਦੱਸੇ ਨੇ ਉਸ ਤੋਂ ਬਾਅਦ ਉਹਨਾਂ ਦੇ ਅਸੀਂ ਅੱਗੇ ਡਿਟੇਲਡ ਡਾਇਲੌਗ ਲੋਕਾਂ ਨਾਲ ਸਲਾਹ ਕਰਕੇ ਮਹਾਰਾ ਨਾਲ ਸਲਾਹ ਕਰਕੇ ਜਿਹੜੇ ਸਿਆਸੀ ਸੂਝ-ਬੂਝ ਰੱਖਦੇ ਲੋਕ ਉਹਨਾਂ ਨਾਲ ਜ਼ਰੂਰੀ ਨਹੀਂ ਵੀ ਸਾਡੇ ਪਾਰਟੀ ਦੇ ਹੋਣ ਜਿਹੜੇ ਇੰਡੀਪੈਂਡੈਂਟ ਲੋਕ ਨੇ ਉਹਨਾਂ ਨਾਲ ਅਸੀਂ ਕਰਾਂਗੇ ਸਾਡੇ 'ਚ ਵੀ ਕਮੀਆਂ ਹੋ ਸਕਦੀਆਂ ਅਸੀਂ ਉਹਨਾਂ ਨੂੰ ਪੁੱਛਾਂਗੇ ਜੇ ਸਾਡੇ 'ਚ ਕਮੀਆਂ ਦੱਸੋ ਅਸੀਂ ਤਾਂ ਕਿ ਅਸੀਂ ਵੀ ਸੁਧਾਰ ਕਰ ਸਕੀਏ ਤੇ ਇਸ ਤਰੀਕੇ ਨਾਲ ਅਸੀਂ ਅੱਗੇ ਤੁਰਾਂਗੇ ਹੋਰ ਵੀ ਜਿਹੜੇ ਸਾਡੇ ਹਮਖਿਆਲੀ ਨੇ ਜਿਹੜੇ ਲੋਕ ਪੰਜਾਬ ਦਾ ਭਲਾ ਸੋਚਣ ਵਾਲੀਆਂ ਹੋਰ ਵੀ ਪਾਰਟੀਆਂ ਨੇ ਅਸੀਂ ਉਹਨਾਂ ਨਾਲ ਵੀ ਇੱਕ ਰਾਏ ਬਣਾਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪੰਜਾਬ ਦਾ ਜੋ ਤਰਾਸ ਦੀ ਚੋਂ ਲੰਘ ਰਿਹਾ ਹੈ ਉਹਦੇ ਚੋਂ ਕੱਢਣ ਚ ਆਪਦਾ ਹਿੱਸਾ ਪਾ ਸਕੀਏ ਸਾਡੀ ਇਹੀ ਖੁਸ਼ੀ ਹੋਵੇ ਇਸ ਦੇ ਨਾਲ ਹੀ ਇਹ ਵੀ ਸਮਝਿਆ ਜਾਵੇ ਟੀਂਟਸਾ ਸਾਹਿਬ ਦੀ ਜਿਹੜੀ ਇੱਕ ਅਪੀਲ ਹੈ ਉਹ ਮਾਲਵੇ ਇਲਾਕੇ ਜਿਆਦਾ ਹੈ ਤੇ ਅਕਾਲੀ ਦਲ ਨੇ ਇਸ ਚੀਜ਼ ਨੂੰ ਸਾਬਤ ਤੇ ਸਥਾਪਿਤ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਕਈ ਲੀਡਰ ਆਪਣੇ ਨਾਲ ਥੋੜੇ ਇਲਾਕੇ ਤੇ ਸ਼ਾਮਲ ਕਰਾਏ ਮੱਝ ਦੇ ਵਿੱਚ ਉਸ ਤਰੀਕੇ ਦੀ ਜਿਹੜੀ ਮੂਵਮੈਂਟ ਖੜੀ ਹੋਈ ਸੀ ਅੱਜ ਅਸੀਂ ਉਸ ਨੂੰ ਫੇਜ਼ ਆਊਟ ਹੁੰਦਾ ਵੇਖ ਰਹੇ ਹਾਂ ਦੇਖੋ ਇੱਕ ਮਾਲਵੇ ਦੇ ਵਿੱਚ ਤੁਹਾਡਾ ਇੱਕ ਸੀਮਿਤ ਅਧਾਰ ਹੈ ਤੇ ਇਹਦੇ ਲਈ ਤੁਹਾਨੂੰ ਲੋੜ ਹੈ ਪੂਰੇ ਪੰਜਾਬ ਦੇ ਵਿੱਚ ਹੋਰ ਭਾਈਵਾਲਾਂ ਦੀ ਦੇਖੋ ਬਿਲਕੁਲ ਅਸੀਂ ਆਪ ਵੀ ਹੋਰ ਸਾਥੀਆਂ ਨੂੰ ਨਾਲ ਜੋੜਾਂਗੇ ਜਿਵੇਂ ਤੁਹਾਨੂੰ ਗੱਲ ਕੀਤੀ ਹੈ ਤੇ ਅਸੀਂ ਦੇਖੋ ਗੱਲ ਇਹ ਹੈ ਵੀ ਕੋਈ ਕੀ ਕਰਦਾ ਹੈ ਕੌਣ ਆਉਂਦਾ ਹੈ ਕੌਣ ਜਾਂਦਾ ਉਹ ਤਾਂ ਉਹਨਾਂ ਨੇ ਡਿਸੀਜਨ ਲੈਣਾ ਹੈ ਤੇ ਉਹਦਾ ਨਫਾ ਨੁਕਸਾਨ ਉਹਨਾਂ ਨੇ ਸੋਚਣਾ ਹੈਗਾ ਪਰ ਮੈਂ ਸਮਝਦਾ ਵੀ ਜਦ ਬੰਦਾ ਕੋਈ ਆਪਦੇ ਫੈਸਲੇ ਲੈ ਕੇ ਜਿਨ੍ਹਾਂ ਤੇ ਤੁਸੀਂ ਇੱਕ ਸਿਧਾਂਤਕ ਇੱਕ ਪੱਖ ਰੱਖਦੇ ਹਾਂ ਜੇ ਤਸੀਂ ਉਹ ਤੋਂ ਮੁੜ ਜਾਂਦੇ ਆ ਤਾਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਜਾਂਦਾ ਤੁਹਾਡੇ 'ਚ ਸਭ ਤੋਂ ਵੱਡੀ ਤਾਂ ਮੈਂ ਸਮਝਦਾ ਜਿਹੜਾ ਸਿਆਸੀ ਕੋਈ ਵੀ ਵਿਅਕਤੀ ਹੈ ਉਹਦੀ ਇਹੀ ਹੁੰਦੀ ਹੈ ਵੀ ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤੀਏ ਤੇ ਸਾਡਾ ਨਿਸ਼ਾਨਾ ਵੀ ਇਹ ਹੋਵੇਗਾ ਵੀ ਲੋਕਾਂ ਦਾ ਵਿਸ਼ਵਾਸ ਅਸੀਂ ਜਿੱਤੀਏ ਲੋਕਾਂ ਤੱਕ ਆਪਦੀ ਇਹ ਕੋਈ ਸੌਖਾ ਨਹੀਂ ਹੈ ਜਿਵੇਂ ਕਹਿੰਦੇ ਰਾਤੋ ਰਾਤ ਅਸੀਂ ਲੋਕਾਂ ਦਾ ਵਿਸ਼ਵਾਸ ਜਿੱਤ ਸਕਦੇ ਆ ਉਹ ਸਾਡੇ ਐਕਸ਼ਨ ਦੇ ਨਾਲ ਅਸੀਂ ਜਿੱਤਾਂਗੇ ਓਵਰ ਅ ਪੀਰੀਅਡ ਆਫ ਟਾਈਮ ਜੋ ਅਸੀਂ ਕਰਦੇ ਆ ਉਹ ਕਦਮ ਚੱਕਦੇ ਆ ਅੱਜ ਕਿਆਸ ਰਹੀਆਂ ਕੋਈ ਮਰਜ਼ੀ ਜਿਵੇਂ ਮਰਜ਼ੀ ਲਈ ਜਾਵੇ ਜੀ ਇਹ ਤਾਂ ਜੀ ਭਾਜਪੀ ਦੇ ਕਰਕੇ ਜੀ ਇਹ ਤਾਂ ਜੀ ਕਾਂਗਰਸ ਕਰਕੇ ਜੀ ਹਰ ਬੰਦਾ ਆਪਣੀ ਗੱਲ ਕਰਦਾ ਕਿਉਂਕਿ ਵਿਰੋਧੀਆਂ ਨੇ ਕਹਿਣਾ ਹੀ ਹੁੰਦਾ ਉਹਨਾਂ ਨੇ ਤਾਂ ਦੋਸ਼ ਲਾਉਣੀ ਹੈ ਪਰ ਇਹ ਸਮਾਂ ਜਿਹੜਾ ਹੈ ਉਹ ਚੀਜ਼ਾਂ ਨੂੰ ਦੇਖੇਗਾ ਤੇ ਉਹੀ ਲੈ ਕੇ ਅਸੀਂ ਚੱਲੇ ਆ ਸਾਨੂੰ ਕੋਈ ਇਹ ਇਹ ਦੌੜ ਨਹੀਂ ਵੀ ਅਸੀਂ ਕੋਈ ਹੁਣੇ ਕੱਲ ਨੂੰ ਹੀ ਜਾਂ ਸਾਲ ਨੂੰ ਜਾਂ ਦੋ ਸਾਲ ਨੂੰ ਕੋਈ ਪ੍ਰਾਪਤ ਕਰ ਲੈਣਾ ਅਸੀਂ ਵੀ ਸਮਝਦੇ ਆ ਕਿ ਰਾਤੋਂ ਰਾਤ ਕੁਝ ਪ੍ਰਾਪਤ ਨਹੀਂ ਹੋ ਸਕਦੀ ਇਹ ਇੱਕ ਸੰਘਰਸ਼ ਹੁੰਦਾ ਹੈਗਾ ਤੁਸੀਂ ਸੱਚੇ ਮਨ ਨਾਲ ਚੱਲੋ ਸਮੇ ਨਾਲ ਜ਼ਰੂਰ ਤੁਸੀਂ ਅੱਗੇ ਵਧਿਓ ਜੀ ਲਟੀਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਆਪਣੀ ਪਾਰਟੀ ਆਪਣੀ ਸੋਚ ਆਪਣੀ ਵਿਉਂਤਬੰਦੀ ਦੇ ਬਾਰੇ ਜੋ ਵੀ ਗੱਲਾਂ ਬਾਤਾਂ ਹਜੇ ਤੱਕ ਹੋ ਸਕਦੀਆਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਸ਼ੋਅ ਵਿੱਚ ਆਣ ਲਈ ਧੰਨਵਾਦ ਰੇਸ਼ੀ ਜੀ ਥੈਂਕ ਯੂ ਤੇ ਇਹ ਸਨ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਾਹਿਬ ਜਿਨ੍ਹਾਂ ਨੇ ਕਿ ਸ਼ੁਰੂਆਣੇ ਕਾਲੀਦਲ ਡੈਮੋਕ੍ਰੈਟਿਕ ਪਾਰਟੀ ਦੇ ਆਣ ਵਾਲਾ ਜਿਹੜਾ ਪਲਾਨ ਹੈ ਉਹਦੀ ਸੋਚ ਕੀ ਹੈ ਤੇ ਕੀ ਕੀ ਜਿਹੜੇ ਕਾਰਨ ਸਨ ਜਿਨ੍ਹਾਂ ਦੇ ਚੱਲਦੇ ਆ ਇਸ ਪਾਰਟੀ ਦੀ ਜਿਹੜੀ ਸਿਰਜਣਾ ਹੈ ਜਿਹਦੀ ਜਿਹੜੀ ਕਲਪਨਾ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਇੱਕ ਲੰਬੀ ਚੁਣੌਤੀ ਲੰਮਾ ਸੰਘਰਸ਼ ਹੈ ਅਸੀਂ ਖੁਦ ਗੱਲਬਾਤ ਕਰ ਰਹੇ ਨੇ ਸ਼ਾਰਟ ਟਰਮ ਦੇ ਵਿੱਚ ਸਿਆਸਤ ਵਿੱਚ ਕੁਝ ਅਚੀਵ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਦਾ ਬਖੂਬੀ ਇਲਮ ਹੈ ਲੇਕਿਨ ਆਉਣ ਵਾਲਾ ਸਮਾਂ ਦੱਸੇਗਾ ਵੀ ਕਿਸ ਹੱਦ ਤੱਕ ਇਹ ਵਾਲੀ ਪਾਰਟੀ ਆਪਣੇ ਆਪ ਨੂੰ ਖੜਾ ਕਰ ਪਾਉਂਦੀ ਹੈ ਤੇ ਹੋਰ ਲੀਡਰਾਂ ਨੂੰ ਆਪਣੀ ਜਮਾਤ ਦੇ ਵਿੱਚ ਜੋੜ ਪਾਉਂਦੀ ਹੈ ਸਾਡੇ ਨਾਲ ਐਵੇਂ ਬਨੇਰੋ ਵਰਲਡ ਪੰਜਾਬੀ ਟੀਵੀ ਤੇ ਸਾਡੇ ਇਸ ਖਾਸ ਸ਼ੋਅ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੀਜਾ ਤਾਂ ਅਸ਼ਾ ਥੋੜਾ ਸ਼ਿਰਮਣੇ ਕਾਲੇਦਲ ਬਾਦਲ ਨੂੰ ਟਾਰਗੇਟ ਕਰਨਾ ਸੀ ਲੇਕਿਨ ਟਕਸਾਲੀ ਨਾਲ ਦੇ ਨਾਲ ਟੈਗ ਗਏ ਪਿੱਛੇ ਕਿਤੇ ਨਾ ਕਿਤੇ ਕੋਈ ਫੁਲਾਰਾ ਮਿਲ ਰਹਾ ਹੈ ਕੋਈ ਆਰਐਸਐਸ ਜਾਂ ਬੀਜੇਪੀ ਸ਼ਾਇਦ ਆਪਣਾ ਕਾਰਡ ਖੇਲਨਾ ਚਾਹ ਰਹੀ ਹੈ ਪੰਜਾਬ ਦੀ ਸਿਆਸਤ ਵਿੱਚ ਵਿੱਚ ਕੋਈ ਗੱਲ ਨਹੀਂ ਨਾ ਬੀਜੇਪੀ ਦਾ ਕੋਈ ਰੋਲ ਹੈ ਨਾ ਕੋਈ ਹੋਰ ਹੈ ਇੱਕ ਪਛਤਾਪ ਕਾਲੀ ਦਲ ਦੇ ਵਿੱਚ ਅੰਦਰ ਹੈ ਭਾਵੇਂ ਬਾਹਰ ਨਹੀਂ ਮੰਨ ਰਹੇ ਤੇ ਇਹੀ ਸਭ ਤੋਂ ਵੱਡਾ ਸਬੂਤ ਸੀ ਉਹਨਾਂ ਨੇ ਜਾ ਕੇ ਖੁਦ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਸਾਰੀ ਭੁੱਲਾਂ ਬਖਸ਼ਵਾਈਆਂ ਤੇ ਉਹ ਕੀ ਸਫੀਸ਼ੀਅੰਟ ਨਹੀਂ ਸੀ ਲੀਡਰਾਂ ਨੂੰ ਸਮਝਾ ਲੈ ਲਈ ਵੀ ਅਸੀਂ ਅਸੀਂ ਪੰਥਕ ਪਰੰਪਰਾਵਾਂ ਦੀ ਗੱਲ ਕਰਦੇ ਆਂ ਤੇ ਸਾਡੇ ਤੇ ਹੀ ਐਡਾ ਵੱਡਾ ਦੋਸ਼ ਸਾਡੇ ਗੁਰੂ ਸੇਵਾਆਂ ਦੀ ਬੇਅਦਬੀ ਦਾ ਲੱਗ ਜੇ ਤਾਂ ਉਹ ਤੇ ਫਿਰ ਜੇ ਅਸੀਂ ਸੱਚੇ ਤਾਂ ਸਾਨੂੰ ਘੱਟੋ ਘੱਟ ਜਿਹੜਾ ਹੈ ਦੋਸ਼ੀ ਲੱਭਣੇ ਚਾਹੀਦੇ ਸੀ ਆਪਦੇ ਆਪ ਨੂੰ ਅਸੀਂ ਤਾਂ ਹੀ ਸੱਚਾ ਸਾਬਤ ਕਰ ਸਕਦੇ ਹਾਂ ਕਿ ਅਸੀਂ ਦੋਸ਼ੀ ਫੜਾਂਗੇ اپنی پارٹی ਵੱਜੋਂ ਕੋਈ ਸੈਕੂਲਰ ਦਿਖ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਕੱਲ ਇਹ ਵੀ ਟਕਸਾਲੀ ਪਾਰਟੀ ਟੀਮ ਸਾਹਿਬ ਨੇ ਮੰਨਣਾ ਸੀ ਵੀ ਕਿਉਂਕਿ ਪਿਛਲੇ ਇਲੈਕਸ਼ਨਾਂ 'ਚ ਟਕਸਾਲੀ ਦਲ ਨੇ ਲੜੜੀਆਂ ਉਹਦਾ ਵਧੀਆ ਪਰਫਾਰਮੈਂਸ ਨਹੀਂ ਦੇ ਸਕੇ ਇਸ ਲਈ ਉਹ ਉਹ ਜਿਹੜੀ ਹੈ ਇੱਕ ਸਾਖ ਪਾਰਟੀ ਦੀ ਜਿਹੜਾ ਫਰਸਟ ਇਮਪ੍ਰੈਸ਼ਨ ਹੁੰਦਾ ਜੋ ਖਰਾਬ ਹੋ ਜਾਏ ਤਾਂ ਫਿਰ ਉਹ ਲੰਬੇ ਸਮੇਂ ਲਈ ਉਸ ਚੀਜ਼ ਨੂੰ ਤੁਸੀਂ ਜਿਹੜਾ ਹੈ ਕਈ ਵਾਰ ਨਵੇਂ ਸਵੇਰੇ ਤੋਂ ਬੈਠੇ ਸ਼ੁਰੂ ਕਰਨਾ ਬੈਟਰ ਹੁੰਦਾ ਹੈ। ਇੱਥੇ ਰਹਿ ਗਈ ਕਾਲੀ ਕੌਲਡ ਆਈਡੀਓਲੋਜੀ ਪਾਰਟੀ ਦਾ ਟੀਚਾ ਕਿ ਉਹ ਇੱਕ ਪੰਥਕ ਪਾਰਟੀ ਹੋਏਗੀ ਜਿੱਦਾਂ ਟੀਚਾ ਸਿਰ ਵਕਾਲੀ ਲੈਣ ਬਾਦ ਨੂੰ ਠੋਕਣਾ ਹੈ ਟੀਚਾ ਸਾਹਿਬ ਦੀ ਜਿਹੜੀ ਕਿਉਂ ਨਾ ਇਹ ਵੀ ਆਰਜੀ ਹੈ ਮੈਨੂੰ ਵੀ ਲੋਕ ਚਾਉਣਗੇ ਉਹ ਪਛਾਣ ਲੈਣਗੇ